ਕਿਹੜੀ ਗੱਲ ਜਾਵੇ ਕੀ ਕਰਨਾ ਹੈ ਸੱਜ ਲੋ ਨਾ ਜੁਰਮ ਆ, ਇਹ ਵੀ ਜੁਰਮ ਹੀ ਆ। ਨਸ਼ਾ ਪਜਾਉਣਾ ਕਿਸੇ ਨੂੰ, ਕਿੱਥੇ ਬੜੇ ਅੰਦਰ ਬੜੇ ਸਾਰੇ ਟੱਬਰ ਥਾਣੇ ਮਾਰਿਆ ਲਾਡੀ ਪੁਲਿਸ ਚੱਲੇ 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 ਚੱਲ
ਜਦੋਂ ਅਸੀਂ ਸਵੇਰ ਦੇ ਖੜੇ ਆ ਤੁਸੀਂ ਬੰਦਾ ਡੇਢ ਸਾਲ ਰੱਖ ਲਿਆ ਦੋ ਦਿਨ ਕਹਿੰਦੀ ਆ ਕੰਮ ਕੀਤੀ ਸੱਜ ਕੇ ਲਿਆ ਪੰਜ ਮਿੰਟ ਵੀ ਖਲੋ ਆਉਂਦੀ ਦਸ ਖਲੋਵਾਂਗੇ ਕੋਈ ਨੀ ਹੋਰ ਕੀ ਕਰਦੇ ਤੁਸੀਂ ਲੈ ਇਹ ਕਹਿੰਦੇ ਡਰਾਮੇ ਹੀ ਕਰਦੇ ਆ ਬਸ ਇਹਨਾਂ ਜਾਣ ਨੀ ਦਿੰਦੇ ਇਥੋਂ ਅਸੀਂ ਹੁਣ ਤਰੀਕੇ ਨਾਲ ਲੈ ਕੇ ਜਾਵਾਂਗੇ ਸੰਗਤ ਜੀ ਅਸੀਂ ਇਹਨਾਂ ਦੇ ਕੋਲ ਆਏ ਆ ਇਹ ਮੇਰੀਆਂ ਭੈਣਾਂ ਵਰਗੀਆਂ ਵਾ ਮੈਂ ਇਹਨਾਂ ਨਾਲ ਉਲਝਣਾ ਨਹੀਂ ਚਾਹੁੰਦਾ ਪਰ ਜੇ ਅਸੀਂ ਹੁਣ 10-11 ਵਜੇ ਦੇ ਆਏ ਆ ਸਵੇਰ ਦੇ ਆਏ ਆ ਤੇ ਟਾਈਮ ਘੱਟੋ ਘੱਟ ਹੁਣ 3 ਵੱਜ ਚੁੱਕੇ ਆ ਬੜੇ ਫੋਨ ਲਾ ਲਏ ਉਹਨੂੰ ਪਹਿਲਾਂ ਫੋਨ ਚੁੱਕਦਾ ਨੀ ਸੀਗਾ ਹੁਣ ਕਹਿੰਦਾ ਮੈਂ ਘੰਟੇ ਤਾਈ ਆ ਗਿਆ ਅੱਧੇ ਘੰਟੇ ਤਾਈ ਆ ਗਿਆ ਸਵੇਰ ਦਾ ਡੀਗ ਰਹੇ ਆ ਹੁਣ ਪੈਣੇ ਤੁਹਾਨੂੰ ਮੋਟਰਸਾਈਕਲ ਸਾਡੀਆਂ ਕੁੜੀਆਂ ਨੀ ਆ ਕੁਛ ਕਰਦੀਆਂ ਸਾਡੀਆਂ ਮਾਵਾਂ ਨੀ ਆ ਕੁਛ ਕਰਦੀਆਂ
ਜੋ ਤੁਸੀਂ ਕਰਦੇ ਹੋ ਮੈਨੂੰ ਭੈਣੇ ਫੋਨ ਲਵਾ ਕੇ ਦੇ ਆਪਣੇ ਘਰ ਵਾਲੇ ਯਾਰ ਘਰ ਵਾਲੀ ਕੋਲ ਨੰਬਰ ਨਾ ਹੋਵੇ ਘਰ ਵਾਲੇ ਡਰੰਮੀ ਚ ਫੋਨ ਆ ਗਿਆ ਨਾ ਉਦਾਂ ਤੁਹਾਡੇ ਤੋਂ ਫੋਨ ਹੈ ਨੀ ਝੂਠ ਬੋਲਦੀ ਆਟੇ ਵਾਲੀ ਡਰੰਮੀ ਚ ਫੋਨ ਆ ਗਿਆ ਹੁਣ ਝੂਠੀ ਬੋਲਦੀ ਹੁਣ ਟਰੈਕਟਰ ਵੀ ਘੱਲ ਦਿੱਤਾ ਇੱਕ ਵਾਰੀ ਘੱਲ ਦਿੱਤਾ ਸਾਨੂੰ ਦੇਖਦਾ ਉਹਨੂੰ ਨਹੀਂ ਦੇਖੂਗਾ ਮਿਲ ਲਾਂਗੇ ਰੱਬ ਪ੍ਰਾਣ ਨਿਕਲਾਂਗੇ ਸਾਨੂੰ ਮਰ ਲੈਂਦੇ ਟੈਨਸ਼ਨ ਨਾ ਲੈ ਤੂੰ ਸਾਡੀ ਟੈਨਸ਼ਨ ਨਾ ਲੈ ਸਮਝ ਲੈ ਅਸੀਂ ਮਾੜਾ ਹੀ ਕਰਦੇ ਪਏ ਤੂੰ ਸਾਡੇ ਅਸੀਂ ਤਾਂ ਹੱਜ ਵੀ ਨਹੀਂ ਕੀਤਾ ਤੈਨੂੰ ਤਾਂ ਹੱਜ ਕਰ ਰਿਹਾ ਅਸੀਂ ਤਾਂ ਤੁਹਾਡੀ ਚਾਹੀਦਾ ਤੁਹਾਨੂੰ ਇਹ ਵੀ ਰੱਬ ਵੀ ਹੱਲ ਦੇਣਾ ਬਣਾ ਲਓ ਕਿਸੇ ਨੂੰ ਸਾਰੇ ਬੰਦੇ ਦੋ ਮਾੜਾ ਨਹੀਂ ਭਾਈ ਇਹ ਜਿੰਨੜੀ ਤੱਕ ਰੋਟੀ ਨਹੀਂ ਖਾਂਦਾ ਰੋਟੀ ਨਹੀਂ ਖਾਂਦਾ ਰੋਟੀ ਤਾਂ ਸਾਰੇ ਖਾਂਦੇ ਆ ਦਊਂਗਾ ਥੱਲੇ ਰਾਤ ਨੂੰ ਪਰਾਲੀ ਰੱਖ ਕੇ ਉਤਲੇ ਬੰਨੇ ਵਿਚਾਰਾ ਕੀ ਉਹਨੂੰ ਆਂਦੇ ਨੇ ਪੱਲੀ ਲੈ ਕੇ ਸੌਂਦਾ ਵਾ ਇੰਨੀ ਠੰਡ ਦੇ ਵਿੱਚ ਰਾਤ ਨੂੰ ਜਿੰਦਰਾ ਵੀ ਮਾਰਦੇ ਤੁਸੀਂ ਉਹਨੂੰ ਤੁਹਾਡੀ ਮਸਜਿਦ ਆ ਠੀਕ ਹੈ ਜੀ ਪਵਿੱਤਰ ਮਸਜਿਦ ਆ ਮੈਂ ਵੀ ਪਵਿੱਤਰ ਮਸਜਿਦ ਨੂੰ ਹਰ ਕਿਸੇ ਨੂੰ ਮੈਂ ਪਵਿੱਤਰ ਨੂੰ ਪਵਿੱਤਰ ਕਹਿੰਦਾ ਵਾ ਤੂੰ ਮਸਜਿਦ ਵੱਲ ਨੂੰ ਮੂੰਹ ਕਰਕੇ ਕਹਿ ਦੇ ਨਹੀਂ ਕਹਿ ਦੇ ਮਸਜਿਦ ਵੱਲ ਮੂੰਹ ਕਰਕੇ ਆਪਣੇ ਬੱਚੇ ਦੇ ਕੱਪੜੇ ਵੇਖ ਇਹਦੇ ਕੱਪੜੇ ਵੇਖ ਆਪਣੇ ਕੱਪੜੇ ਵੇਖ ਤੁਹਾਡੇ ਹੱਕ ਜਾਣ ਕੇ ਖਲੋਤੇ ਤੁਹਾਡੇ ਹੱਕ ਚ ਕੋਈ ਆਣ ਕੇ ਨੀ ਖਲੋਤਾ ਅਸੀਂ ਦੂਜੇ ਜਾਣ ਕੇ ਸਾਡੇ ਵਾਲਾ ਭਰਾ ਆਣ ਕੇ ਖਲੋ ਗਏ ਜਿਹਦੇ ਘਰ ਬੇਤਾ ਪਈ ਹੋਵੇ ਨਾ ਉਹ ਦੁੱਧ ਨੀ ਪਾ ਜਾਂਦਾ ਅਗਲਾ ਛੱਡ ਗਿਆ ਨਹੀਂ ਜਿੱਥੇ ਰੋਜ਼ ਦੁੱਧ ਪਾਉਂਦਾ ਉੱਥੇ ਕੋਈ ਵਿਸ਼ਵਾਸ ਵੀ ਹੋਊਗਾ ਅਗਲਾ ਭਾਈ ਮੇਰੇ ਘਰ ਰਸਤੇ ਪਤਾ ਨੀ ਕੋਈ ਮਾਮੇ ਦੇ ਕੋਲ ਖਲੋਤਾ ਵਾ ਆਂਟੀ ਖਰਾਬ ਨੀ ਹੁੰਦਾ ਦੁੱਧ ਪਿਆਰੂ ਦੋ ਘੰਟੇ ਕੋਈ ਨੀ ਨਹੀਂ ਜਿੱਥੇ ਰੋਜ਼ ਦੁੱਧ ਪਾਉਂਦਾ ਅਗਲਾ ਕਹਿੰਦਾ ਯਾਰ ਮੇਰਾ ਇੰਨਾ ਦੁੱਧ ਵਾਰ ਰੋਜ਼ ਇੰਨਾ ਆਉਂਦਾ ਕਿਲੋ ਦੋ ਕਿਲੋ ਘੱਟ ਵੱਧ ਜਮੀਨ ਜਮੀਨ ਮਤਾ ਕਈਆਂ ਲੋਕਾਂ ਬਹੁਤਿਆਂ ਦੀ ਨੀ ਹੈਗੀ ਉਹ ਵੇਖ ਲਓ
ਸਾਹਮਣੇ ਆਖੀ ਜਾਂਦਾ ਕਿ ਮੈਨੂੰ ਲੈ ਕੇ ਜਾਇਓ। ਰਾਤ ਨੂੰ ਬੰਦ ਦਿੱਤੀ, ਤੈਨੂੰ ਰਾਤ ਨੂੰ ਕਿੱਦਾਂ ਰੱਖਦੇ? ਅੱਜ ਸੰਗਤ ਨੂੰ ਪੁੱਛ ਲੈਂਦੇ ਆ, ਦੱਸ ਦਿੰਦੇ ਆ ਤੈਨੂੰ ਰਾਤ ਨੂੰ ਕਿੱਥੇ ਰੱਖਦੇ ਤੇ ਕਿੱਦਾਂ ਰੱਖਦੇ ਆ? ਮੇਰੇ ਲੱਤ ਮੇਂ ਇਸਮੇ ਸੰਗਲ ਲੱਗਾ, ਰਾਤ ਨੂੰ ਤੇਰੀ ਲੱਤ ਤੇ ਸੰਗਲ ਹੁੰਦੇ ਨਾ? ਆ ਦੇਖ ਲੋ ਸੰਗਲ, ਰਾਤ ਨੂੰ ਇਹਦੀ ਲੱਤ ਨੂੰ ਸੰਗਲ ਲਾ ਕੇ ਰੱਖਦੇ ਇਹਨੂੰ। ਸੰਗਲ ਲਾ ਨੇ ਰਾਤ ਨੂੰ ਚੰਗੀ ਗੱਲ ਸੋਣੀ। ਸੰਗਲ ਕਿੱਥੇ ਆ? ਸੰਗਲ ਕਿੱਥੇ ਆ? ਇਨਕੀ ਵਜ੍ਹਾ ਤਾਂ ਨਾ ਮੁੱਕਾ ਨਾ ਮੁੱਕਾ ਹੈ ਮੱਕੀ ਉੱਥੇ ਦਿਉ ਰੱਖੀ। ਸੰਗਲ ਕਿੱਥੇ ਦਿਖਾ? ਕੰਬਲ ਕੰਬਲ ਸਿੱਟੇ, ਕੰਬਲ ਰੱਖੇ ਹੋਏ ਤੇ ਉਹ ਵੀ ਆਪਕੇ ਰਹਿਣੇ ਤਾਂ। ਹਾਂ ਕੰਬਲ ਵੀ ਸੁੱਟ। ਸੰਗਲ ਕਿੱਥੇ? ਸੰਗਲ ਪਤਾ ਠੀਕ ਹੈ ਜੀ, ਜਿਹੜਾ ਸੰਗਲ ਜਿਹੜਾ ਸੰਗਲ ਤੈਨੂੰ ਮਾਰ ਦੇਉਗਾ ਨਹੀਂ, ਜੋ ਸੰਗਲ ਤੇ ਰਾਤ ਨੂੰ ਪੈਰ ਚ ਪਾਉਂਦੇ ਕਿੱਥੇ ਰੱਖਿਆ ਸੰਗਲ? ਉਹ ਇੱਥੇ ਰੱਖਤੇ ਨੇ, ਜੋ ਮੱਝ ਵਾਲਾ ਸੰਗਲ। ਚਲਾ ਵਿਖਾ, ਵਿਖਾ ਹਾਂ ਆ ਵਿਖਾ। ਚਲ ਬਾਬਾ ਜੀ ਦੇਖੋ ਕਿਹੜੇ ਸੰਗਲ ਚ ਬੰਦੇ ਇਹਨਾਂ ਲਗਾ ਲੂ ਕੋਈ ਧਾਣਾ ਬੰਦੇ। ਆਹੋ ਅਸੀਂ ਵੀ ਸਵੇਰ ਦੇ ਆਏ ਲਗਾਉਣਾ ਦੇ ਹੀ ਆ। ਪਹਿਲੇ ਕੰਬਲ ਆਉਂਦੇ ਲਗਾਤਾ ਤੁਸੀਂ? ਆਹੋ ਦੇ ਲੋ ਕੰਬਲ, ਕਿਹੜੇ ਅਸੀਂ ਸਾਰੇ ਲਗਾਤੇ ਦੇਖੋ। ਇਹ ਬਹੁਤ ਗੱਲਾਂ ਕਰਦੀ ਆ, ਸਵੇਰ ਦੀ ਨਹੀਂ ਆ ਗਿਆ ਅਗਲੇ ਪਿੱਛੇ ਕੋਈ ਗੱਲ ਬਹੁਤ ਗੱਲਾਂ ਹੋ ਗਈਆਂ। ਸੰਗਲ ਕਿੱਥੇ ਆ? ਇੱਥੇ ਕੰਬਲ ਰੱਖੇ ਸੰਗਲ ਕਿੱਥੇ ਆ? ਲੈ ਗਏ ਹੋਣੇ ਆ ਸੰਗਲ ਭਾਜੀ, ਚੱਕ ਕੇ ਲੈ ਗਏ ਆ ਬਾਬਾ ਜੀ। ਉਹ ਲੈ ਗਈ, ਇਹਨੂੰ ਕੀ ਲੋੜੀ ਭੱਜ ਕੇ ਆਉਂਦੀ ਅੱਗੇ ਅੱਗੇ ਭੱਜ ਕੇ ਆਉਂਦੀ ਅੱਗੇ ਅੱਗੇ ਲੋੜੀ ਸੰਗਲ ਉਹ ਲਗਾ ਲਿਆ ਇਹਨਾਂ ਦੇ। ਸੰਗਲ ਜਿਹੜਾ ਨਾ ਸੰਗਲ ਇਹਨਾਂ ਨੇ ਲਗਾ ਲਿਆ ਹੁਣ ਇਹਦਾ ਮਿੰਟੀ ਮਾਰੇ ਇਹਨੂੰ ਰੋਟੀਆਂ ਹੁੰਦੀ। ਤੁਸੀਂ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੇ ਜੇ ਇਸ ਬੰਦੇ ਦੇ, ਬਹੁਤ ਜ਼ਿਆਦਾ ਉਸੇ ਵੇਲੇ ਭੱਜ ਕੇ ਆਉਂਦੀ ਗੜੀ ਗੜੀ ਕੀ ਲੋੜ ਜੋ ਅਸੀਂ ਚੱਲੇ ਆਵੇ ਕੋਈ ਪਤਾ ਚੱਲਿਆ ਬਾਬਾ ਜੀ? ਮੈਂ ਵੀ ਇੱਥੇ ਇਹਨੂੰ ਲੈ ਕੇ ਜਾਂਦੇ ਆ, ਤੈਨੂੰ ਲੈ ਕੇ ਜਾਵਾਂ ਸਾਡੇ ਨਾਲ ਇਹਨੂੰ ਫੇਰ ਦੁਆਰੇ ਆ ਜੇ ਕਿਤੇ ਕੋਈ ਸ਼ਰਤ ਯਾਰ ਤੇਰੇ ਨੇ ਸਾਰੇ ਲੜਾਈ ਆ ਕਰਕੇ ਜਿਵੇਂ ਬੱਚਾ ਸਕੂਲ ਜਾਂਦਾ ਤੇ ਮੰਮੀ ਉਹਨੂੰ ਮਿਲ ਲਾਂਗੇ ਨਾ, ਪੁੱਤਰ ਨੂੰ ਬਹੁਤ ਹੀ ਛੱਡ ਗਏ ਮੈਨੂੰ ਨਾਲ ਹੀ ਲੈ ਕੇ ਜਿੰਮੜ ਜਾਂਦਾ ਇਹ ਵੇਖਾ ਤੁਸੀਂ ਬੱਚਾ ਵਾਂਗੂ ਹੈ ਪਿਆ ਵਾ ਇੱਕ ਟਰੈਕਟਰ ਟਰਾਲੇ ਦਾ ਦੁੱਖ ਹੈਗਾ ਤੁਸੀਂ ਵੀ ਤਾਂ ਇੰਨਾ ਚਿਰ ਡੇਢ ਸਾਲ ਰੱਖ ਕੇ ਮੁੱਲ ਹੀ ਪਾਇਆ ਉਹਨੂੰ ਕਿਹੜੀ ਤਨਖਾਹ ਦਿੱਤੀ? ਜੇ ਕੋਈ ਤਨਖਾਹ ਦਿੱਤੀ ਤਨਖਾਹ ਤੇ ਰਹੂਗਾ ਬੇਚਾਰਾ ਹੁਣ ਆਸ਼ਰਮ ਤੇ ਰਹੂਗਾ, ਕੋਈ ਕੰਮ ਨੀ ਕਰਨਾ, ਨਹਾਉਣਾ ਧੋਣਾ ਕੋਈ ਕੰਮ ਨੀ ਇੱਥੇ ਜੁੜੇ ਆ ਭੇਜਦੀ ਪਤਾ ਇਥੋਂ ਪਹਿਲਾਂ ਕਿੰਨੇ ਰੱਖੇ ਹੋਗੇ ਤੁਹਾਡਾ ਆਦਤ ਹੈ ਤੁਸੀਂ ਰੱਖੇ ਹੋਗੇ ਚੋਰੀ ਤੇ ਸੀਨਾ ਨਾਲ ਆ ਗਿਆ। ਹਾਂ ਕੀ ਨਾਮ ਹੈ ਇਹਦਾ? ਆ ਜਾ ਵੀਰੇ ਤੇਰਾ। ਹਾਂਜੀ ਕੀ ਨਾਮ ਤੇਰਾ?
ਮੇਰਾ ਨਾਮ ਲਿਆਕਤ 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 ਅਸੀਂ ਤੇਰੇ ਕੋਲ ਆਏ ਆ ਸਾਡੀ ਸੰਸਥਾ ਦਾ ਤੇ ਬਾਬਾ ਜੀ ਸਾਡੇ ਨੇ ਠੀਕ ਹੈ ਜੀ ਇਹ ਮੁੰਡਾ ਆਹ ਮੁੰਡਾ ਤੇਰੇ ਕੋਲ ਆਇਆ ਵੀ ਆਇਆ ਆਇਆ ਅੱਗੇ ਆਹ ਮੁੰਡਾ ਤੇਰੇ ਕੋਲ 3 ਸਾਲ ਤੋਂ ਰੱਖਿਆ ਤੂੰ ਇਹਨੂੰ ਬਿਲਕੁਲ ਗੱਲ ਸੱਚੀ ਹੈ ਵੀ 1.5 ਸਾਲ ਹੋ ਗਿਆ ਤੇਰੇ ਕੋਲ ਰਹਿੰਦੇ ਨੂੰ ਮੇਰੀ ਨਹੀਂ ਇੱਕ ਮਿੰਟ ਤੇਰੀ ਕਹੀ ਤਾਂ ਮੰਨਣੀ ਫਿਰ ਅਸੀਂ ਜੇ ਤੂੰ ਐਂ ਕਰੇਗਾ ਨੌ ਮਹੀਨੇ ਦੇ ਪੈਸੇ ਕੀ ਆਂਦੇ ਪਿਛਲੇ ਸਾਲ ਸਿਆਲ ਚ ਆਇਆ ਹਾਂ ਉਹ ਕਹਿੰਦਾ ਵਾ ਕਿ 5,000 ਪਸ਼ੂ ਹੋਣਾ ਕਿਤੇ ਤੇ 8-9,000 ਉਹਨੂੰ ਨਹੀਂ ਮਿਲਦਾ ਵਾ ਤੇਰੇ ਤੈਨੂੰ ਮੈਂ ਤਾਂ ਕਹਿੰਦਾ ਵੀ ਤੂੰ ਜੋ ਕਹਿੰਦਾ ਸੀ ਉਹ ਮੰਨਣਾ ਨਹੀਂ ਹੈਗਾ ਆਪਾਂ ਕਰਨੀ ਰੱਬ ਲੱਗਦੀ ਗੱਲ ਠੀਕ ਆ ਠੀਕ ਹੈ ਇੱਕ ਸਭ ਤੋਂ ਪਹਿਲੀ ਗੱਲ ਸਵੇਰ ਦਾ ਤੂੰ ਲੁਕਿਆ ਹੋਇਆ ਜਾ ਕੇ ਧੰਨਵਾਦ ਸਵੇਰ ਦੇ ਤੇਰੇ ਘਰ ਆਏ ਹੋਏ ਅਸੀਂ
ਰਾਤ ਕੋ ਰਾਤ ਮੇਰੇ ਰਾਤ ਮੇ ਸੰਖੜ ਲਗਾ ਦਿੰਦੇ ਇਹ ਦੇਖੀਏ ਔਰ ਪ੍ਰੈਸ ਕਲੱਬ ਦੇ ਚੇਅਰਮੈਨ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਚੇਅਰਮੈਨ ਨੇ ਆਪਣਾ ਕੋਟ ਦਿਆ ਕਿਉਂਕਿ ਠੰਡ ਲੱਗ ਰਿਹਾ ਥਾ ਮੈਂ ਖੁਦ ਇਸ ਬੰਦੇ ਕੋ ਆਪਣਾ ਹੀ ਕੋਟ ਦੇ ਦਿਆ ਕਿਉਂਕਿ ਠੰਡ ਬਹੁਤ ਥਾ ਤੋ ਇਹ ਬਾਬਾ ਜੀ ਹੈ ਤਰਨ ਤਾਰਨ ਤੋਂ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜਰਾ ਤੁਸੀਂ ਆਪਣੇ ਟੀਮ ਨਾਲ ਲੈ ਕੇ ਆ ਜਾਓ ਔਰ ਜੁੜ ਗਏ ਨੇ ਬਾਲਮੀਕ ਸੰਘਰਸ਼ ਮੋਰਚਾ ਭੋਗਪੁਰ ਜਸ ਕਲਿਆਣ ਰਾਵਣ ਇਹ ਕੋਈ ਨਾਮ ਛੁਪਾ ਹੁਆ ਨਹੀਂ ਔਰ ਕੁਲਵਿੰਦਰ ਜੀ ਸਾਡੇ ਬਾਲਮੀਕ ਸੰਘਰਸ਼ ਮੋਰਚਾ ਦੇ ਆਦਮਪੁਰ ਤੋਂ ਪ੍ਰਧਾਨ ਸਾਰੇ ਬਾਲਮੀਕ ਸੰਘਰਸ਼ ਮੋਰਚਾ ਦੇ ਬਹੁਤ ਹੋਨਹਾਰ ਸੇਵਾਦਾਰ ਹੈ ਇਹ ਨੌਜਵਾਨ ਤੇ ਅਸੀਂ ਹੁਣ ਬਾਬਾ ਜੀ ਕੋਲ ਬਾਬਾ ਜੀ ਤੁਸੀਂ ਆਪਣਾ ਪੂਰਾ ਵੇਰਵਾ ਦਿਓ ਤੇ ਅਸੀਂ ਕੀ ਗੱਲ ਹੋਈ ਸੀ ਇਹ ਇੱਥੇ ਤੱਕ ਤੁਹਾਨੂੰ ਕਿੱਦਾਂ ਸੁਣਿਆ ਪਹੁੰਚਿਆ ਕਿ ਇਹ ਬੰਦਾ ਕੋ ਬੰਦੀ ਬਣਾ ਕੇ ਰੱਖਿਆ ਗਿਆ ਜ਼ਰਾ ਦੱਸਿਓ ਸਭ ਤੋਂ ਪਹਿਲਾਂ ਜਿਹੜੀ ਵੀ ਸੰਗਤ ਜਿੰਨੀ ਵੀ ਸੰਗਤ ਰਾਓ ਸਾਹਿਬ ਜੀ ਦੇ ਹੁਣ ਦੇ ਚੈਨਲ ਦੇ ਥਰੂ ਦੇਖ ਰਹੇ ਆ ਉਹਨਾਂ ਨੂੰ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਵਾਂ ਤੇ ਅੱਜ ਅਸੀਂ ਜੀ ਪਿੰਡ ਭੋਗਪੁਰ ਜਲੰਧਰ ਦੇ ਲਾਗੇ ਆਏ ਹਾਂ ਜਿਹੜਾ ਤੁਸੀਂ ਆਹ ਮੇਰੇ ਲਾਗੇ ਇੱਕ ਵੀਰ ਦੇਖ ਰਿਹਾ ਜੇ ਮੈਂ ਰਾਓ ਸਾਹਿਬ ਨੂੰ ਕਹਾਂਗਾ ਕਿ ਪਹਿਲਾਂ ਥੱਲਿਓਂ ਤੋਂ ਲੈ ਕੇ ਟੌਪ ਬੌਟਮ ਤੋਂ ਲੈ ਕੇ ਟੌਪ ਤੱਕ ਇੱਕ ਇਹਦੀ ਨਿਗਾਹ ਮਾਰ ਲਿਓ ਜੀ ਜੀ ਇਹ ਵੀਰ ਦਾ ਨਾਂ ਰਾਜੂ ਵੀਰ ਆ ਜੋ ਕਿ ਆ ਜਿਹੜਾ ਵੀਰ ਗੁੱਜਰ ਭਾਈਚਾਰੇ ਤੋਂ ਵੀਰ ਵਾ ਭਾਈਚਾਰਾ ਕੋਈ ਮਾੜਾ ਨਹੀਂ ਆ ਪਰ ਇਹਦੇ ਵਿੱਚ ਜਿਹੜੇ ਲੋਕ ਹੁੰਦੇ ਉਹ ਮਾੜੇ ਆ ਪਿਛਲੇ 1.5 ਸਾਲ ਤੋਂ ਇਸ ਵੀਰ ਨੂੰ ਆਪਣੇ ਘਰੇ ਆਪਣੇ ਵਾੜੇ ਦੇ ਵਿੱਚ ਗੱਲਾਂ ਬਣਾ ਕੇ ਇਹਦੇ ਤੇ ਇਹਦੇ ਤੋਂ ਕੰਮ ਕਰਾਇਆ ਜਾ ਰਿਹਾ ਸੀਗਾ ਇਹ ਖੁਦ ਵੀ ਕਹਿ ਰਿਹਾ ਸੀਗਾ ਕਿ ਮੈਂ ਆਪਣੇ ਜਦੋਂ ਇਹਨਾਂ ਨੂੰ ਕਹਿੰਦਾ ਮੈਂ ਆਪਣੇ ਘਰ ਜਾਣਾ ਵਾ ਮੈਨੂੰ ਮੇਰੇ ਘਰ ਜਾਣ ਦਿਓ ਤੇ ਇਹਨੂੰ ਡਰਾਇਆ ਧਮਕਾਇਆ ਜਾਂਦਾ ਸੀਗਾ ਤੇ ਰਾਤ ਨੂੰ ਇਹਨੂੰ ਸੰਗਲ ਮਾਰ ਕੇ ਤੇ ਇਹਨੂੰ ਬੰਨ ਦਿੱਤਾ ਜਾਂਦਾ ਸੀਗਾ ਕਿ ਉਹਨਾਂ ਦੇ ਖੁੱਲੀ ਦੇ ਨਾਲ ਬੰਨ ਦਿੱਤਾ ਜਾਂਦਾ ਸੀਗਾ ਤੇ ਇਹਦੀ ਕੰਡੀਸ਼ਨ ਐਵੇਂ ਸੀਗੀ ਕਿ ਰਾਤ ਨੂੰ ਥੱਲੇ ਇਹ ਪਰਾਲੀ ਵਿਛਾ ਕੇ ਤੇ ਉੱਪਰ ਪੱਲੀ ਲੈ ਕੇ ਸੌਂਦਾ ਸੀਗਾ ਤੇ ਮੈਂ ਧੰਨਵਾਦ ਕਰਦਾ ਰਾਓ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣਾ ਲੌਂਗ ਕੋਟ ਉਹਨੂੰ ਦਿੱਤਾ ਵਾ ਤੇ ਥੱਲੇ ਦੀ ਹਾਲਾਤ ਤੁਹਾਨੂੰ ਮੈਂ ਦਿਖਾਉਂਦਾ ਵਾ ਠੀਕ ਹੈ ਜੀ ਜਿਹੜਾ ਇਹਦਾ ਅਸਲੀ ਕੋਟ ਆ ਉਹ ਇੰਨਾ ਨਰਕ ਨਾਲ ਮਾਰਿਆ ਪਿਆ ਵਾ ਕਿ ਰਾਓ ਸਾਹਿਬ ਨੇ ਵੇਹਣਾ ਸਾਰੀ ਕੋਟ ਵਗਾ ਕੇ ਮਾਰਿਆ ਵੀ ਯਾਰ ਇਹ ਕੋਟ ਪਾਉਣ ਦੇ ਲਾਇਕ ਨਹੀਂ ਹੈਗਾ ਤੇ ਆਹ ਇਹਦੇ ਕੱਪੜੇ ਜੇ ਠੀਕ ਹੈ ਜੀ ਆਹ ਇਹਦੇ ਕੱਪੜੇ ਜੇ ਇੱਕ ਵਾਰੀ ਨਿਗਾਹ ਮਾਰ ਲਿਓ ਇਹਨਾਂ ਦੇ ਕੱਪੜੇ ਵੇਖ ਲਓ ਤੇ ਜਿਹੜੇ ਇਹਨਾਂ ਦੇ ਆਪਣੇ ਪਰਿਵਾਰ ਵਾਲਿਆਂ ਦੇ ਇਹਨਾਂ ਦੇ ਕੱਪੜੇ ਵੇਖ ਲਓ ਵੀ ਇਨਸਾਨੀਅਤ ਦਾ ਇੰਨਾ ਘਾਣ ਕੀਤਾ ਗਿਆ ਵਾ 1.5 ਸਾਲ ਤੋਂ ਕੰਮ ਕੀਤਾ ਵਾ ਤੇ ਹੱਥ ਵੀ ਤੁਹਾਨੂੰ ਦਿਖਾਉਣਾ ਹੋਵੇ ਹੱਥ ਵੀ ਆ ਵਿਚਾਰੇ ਦੇ ਬੁਰੇ ਹਾਲਤ ਹੋਏ ਪਏ ਆ ਠੀਕ ਹੈ ਜੀ ਹਰੇ ਨਾਲ ਹੱਥ ਨੀਲੇ ਹੋਏ ਪਏ ਆ ਤੇ ਅੱਜ ਮੈਨੂੰ ਕੱਲ ਆਪਣੇ ਬਾਲਮੀਕ ਸਮਾਜ ਦੇ ਵੀਰ ਹੋਣਾਂ ਨੇ ਜਸਵੀਰ ਹੋਣਾਂ ਨੇ ਮੈਨੂੰ ਫੋਨ ਕਰਕੇ ਵੀਡੀਓ ਭੇਜੀ ਕਿ ਵੀਰ ਜੀ ਇੱਕ ਇਸ ਭੋਗਪੁਰ ਏਰੀਏ ਦੇ ਵਿੱਚ ਜਿਹੜਾ ਇੱਕ ਵੀਰ ਨੂੰ ਮੰਦਬੁੱਧੀ ਵੀਰ ਨੂੰ ਗੁਲਾਮ ਬਣਾਇਆ ਜਾ ਚੁੱਕਾ ਵਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਸਵੀਰ ਜੀ ਹੋਣਾਂ ਦਾ ਇੰਦਰਜੀਤ ਵੀਰ ਜੀ ਹੋਣਾਂ ਦਾ ਆਪਣੇ ਰਾਓ ਸਾਹਿਬ ਜੀ ਹੋਣਾਂ ਦਾ ਜਿਨ੍ਹਾਂ ਨੇ ਸਾਂਝਾ ਸਾਡੇ ਨਾਲ ਰਲ ਕੇ ਸਾਂਝਾ ਅੱਜ ਇੱਕ ਕਹਿੰਦੇ ਹੁੰਦੇ ਰੈਸਕਿਊ ਕੀਤਾ ਵਾ ਤੇ ਆਉਂਦਿਆਂ ਸਾਰੀ ਸਵੇਰ ਦੇ 11 ਵਜੇ ਇਸ ਵੀਰ ਨੂੰ ਅਸੀਂ ਆਪਣੇ ਰੈਸਕਿਊ ਦੇ ਵਿੱਚ ਲੈ ਲਿਆ ਤੇ ਉਦੋਂ ਦੇ ਅਸੀਂ ਫੋਨ ਲਾ ਰਹੇ ਹਾਂ ਇਸ ਜਿਹੜਾ ਵੀਰ ਗੁੱਜਰ ਆ ਨਾਂ ਨਹੀਂ ਮੈਨੂੰ ਯਾਦ ਹੁਣ ਉਹਨੂੰ ਫੋਨ ਲਾ ਰਿਹਾ ਕਿ ਵੀਰੇ ਇਸ ਬੰਦੇ ਦਾ ਜੋ ਵੀ ਹਰਜਾਨਾ ਵਾ ਤੈਨੂੰ ਡੰਨ ਪਊਗਾ ਕਿਉਂਕਿ ਇਹਦੀ ਮਿਹਨਤ ਵਾ ਅਸੀਂ ਕੋਈ ਗੁੰਡੇ ਨਹੀਂ ਆ ਕੋਈ ਬਦਮਾਸ਼ ਨਹੀਂ ਆ ਜੋਕਰ ਲਿਆਕਤ ਅਲੀ ਉਹਦਾ ਨਾਂ ਵਾ ਜੋ ਇਹਦਾ ਮਿਹਨਤਾਨਾ ਵਾ ਉਹ ਇਸ ਬੰਦੇ ਨੂੰ ਦੇ ਤੇ ਇਸ ਬੰਦੇ ਨਾਲ ਇਨਸਾਫ ਕਰ ਅਸੀਂ ਆਪਣੇ ਘਰ ਜਾਈਏ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਹੈਗੇ ਅਸੀਂ ਉਹਨਾਂ ਲੋਕਾਂ ਦੇ ਦੁਸ਼ਮਣ ਆ ਜਿਹੜੇ ਇਨਸਾਨੀਅਤ ਦੇ ਦੁਸ਼ਮਣ ਆ ਜੀ ਜੀ ਬਾਬਾ ਜੀ ਹਾਂਜੀ ਜਸਕਲਨ ਜੀ ਸਵਾਗਤ ਹੈ ਕੀ ਕਹਿਣਾ ਚਾਹੋਗੇ ਕੁਲਵਿੰਦਰ ਜੀ ਵੀ ਨਾਲ ਹੈ ਕੀ ਕਹਿਣਾ ਚਾਹੋਗੇ ਕਿੱਦਾਂ ਤੁਹਾਨੂੰ ਇਹ ਖਬਰ ਮਿਲੀ ਤੇ ਤੁਸੀਂ ਐਨਜੀਓ ਨਾਲ ਕੰਟੈਕਟ ਕੀਤੇ ਜਰਾ ਦੱਸ ਦਿਓ ਰੋ ਜੀ ਸਾਨੂੰ ਥੋੜੇ ਦਿਨ ਪਹਿਲਾਂ ਇਹਦੇ ਬਾਰੇ ਪਤਾ ਲੱਗਾ ਸੀਗਾ ਕਿ ਇਹਨਾਂ ਨੇ ਜਿਹੜਾ ਕੋਈ ਮਜ਼ਦੂਰ ਆ ਉਹਨੂੰ ਧੱਕੇ ਦੇ ਨਾਲ ਜਿਹੜਾ ਉਹ ਤੋਂ ਮਜ਼ਦੂਰੀ ਕਰਾਈ ਜਾ ਰਹੀ ਹੈ ਤੇ ਉਹਨੂੰ ਜਿਹੜਾ ਟਾਈਮ ਦੇ ਨਾਲ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਤੇ ਫਿਰ ਅਸੀਂ ਇਹਦੀ ਜਿਹੜੀ ਆ ਵੀਡੀਓ ਬਣਾਈ ਆਪ ਆ ਕੇ ਇਹਨੂੰ ਦੇਖਿਆ ਵੀ ਫਿਰ ਇਹਨੂੰ ਪੁੱਛਿਆ ਪੁੱਛ ਕੇ ਤਾਂ ਫਿਰ ਬਾਬਾ ਜੀ ਦੇ ਨਾਲ ਬਾਬਾ ਜਗਜੀਤ ਸਿੰਘ ਜੀ ਦੇ ਨਾਲ ਕੰਟੈਕਟ ਹੋਇਆ ਤੇ 2 ਦਿਨ ਚਲੋ ਇਹਨਾਂ ਨਾਲ ਗੱਲਬਾਤ ਚੱਲੀ ਆ ਤੇ ਇਹ ਪਹਿਲਾਂ ਇਹਨਾਂ ਨੇ ਕੱਲ੍ਹ ਕਹਿੰਦੇ ਸੀਗੇ ਆਉਣਾ ਫਿਰ ਅੱਜ ਇਹ ਕਹਿੰਦੇ ਵੀ ਅੱਜ ਆਉਂਦੇ ਆ ਤੇ ਅੱਜ ਸਵੇਰ ਦੇ ਆਏ ਆ ਤੇ ਇਹਨਾਂ ਨੇ ਦੇਖਿਆ ਖੁਦ ਤੇ ਜਦੋਂ ਇਹਨੂੰ ਦੇਖਿਆ ਤੇ ਇਹਦੇ ਪੈਰ ਵੀ ਜਿਹੜੇ ਬਿਲਕੁਲ ਗਲੇ ਪਏ ਆ
ਇਹਦਾ ਜਿਹੜਾ ਸੌਣ ਦੀ ਵਿਵਸਥਾ ਹੈ ਉਹ ਬਿਲਕੁਲ ਖਸਤਾ ਹੈ, ਖਾਣਾ ਵੀ ਇਹਨੂੰ ਟਾਈਮ ਨਾਲ ਦਿੱਤਾ ਨਹੀਂ ਜਾ ਰਿਹਾ। ਤੋ ਮੈਂ ਧੰਨਵਾਦੀ ਹਾਂ ਬਾਬਾ ਜੀ ਦਾ ਜਿਹਨਾਂ ਨੇ ਆ ਕੇ ਇਹਨਾਂ ਨੂੰ ਮਤਲਬ ਚਲੋ ਇਹ ਹੁਣ ਨਾਲ ਆਪਣੇ ਲੈ ਜਾਣਗੇ, ਕਿਉਂਕਿ ਇਹਨਾਂ ਦੀ ਜਿਹੜੀ ਸੇਵਾ ਸੁਸਾਇਟੀ ਆ ਉਹ ਜਿਹੜੇ ਅਨਾਥ ਹੈ ਮਜ਼ਦੂਰ ਆ ਜਾਂ ਬੇਸਹਾਰਾ ਹੈ ਉਹਨਾਂ ਨੂੰ ਇਹ ਰੱਖਦੇ ਆਪਣੇ ਕੋਲ। ਮੈਂ ਧੰਨਵਾਦ ਜੀ। ਕੁਲਵਿੰਦਰ ਜੀ ਕੀ ਕਹਿਣਾ ਚਾਹੁੰਦੇ ਅੱਜ ਦਾ ਜਿਹੜਾ ਰੈਸਕਿਊ? ਜੀ ਜੋ ਜਸ ਜੀ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ, ਮੈਂ ਉਹਨਾਂ ਦੇ ਨਾਲ ਹੀ ਸਹਿਮਤ। ਠੀਕ, ਤੇ ਭਾਈ ਸਾਹਿਬ ਦਾ ਨਾਂ ਕੀ ਹੈ? ਲਿਆਕਤ ਅਲੀ ਜੀ। ਅਸਲਾਮ ਵਾਲੇਕੁਮ। ਤੁਸੀਂ ਅੱਲਾ ਨੂੰ ਮੰਨਣੇ ਵਾਲੇ ਲੋਕ ਹੋ, ਅਸੀਂ ਵੀ ਤੁਹਾਡੇ ਪੜੋਸੀ ਹੈ, ਜਾਣੇ ਦੋਗੇ ਪੱਤਰਕਾਰ ਹੈ ਭੋਗਪੁਰ ਤੋਂ। ਅੱਜ ਜਿਹੜਾ ਇਹ ਭੋਗਪੁਰ ਦੇ ਉੱਤੇ ਸ਼ਹਿਰ ਦੇ ਉੱਤੇ ਕਲੰਕ ਲੱਗ ਗਿਆ ਪਿੰਡ ਲੁਹਾਰਾ ਤੇ, ਇਹ ਜਿਹੜਾ ਤੁਸੀਂ ਬੰਦਿਆਂ ਲਾ ਕੇ ਉਹਨੂੰ ਸੰਗਲੀ ਦੇ ਨਾਲ ਬੰਨ੍ਹ ਕੇ ਜਿਹੜੇ ਬੁਰਾ ਹੱਲ ਕਰਕੇ ਇੱਦਾਂ ਦਾ ਬੰਦੀ ਬਣਾ ਕੇ ਜਿਹੜਾ ਕ੍ਰਾਈਮ ਕਰਦੇ, ਇਸ ਤੋਂ ਪਹਿਲੇ ਕਿੰਨਾ ਕਿਤੇ ਜਾਂ ਪਹਿਲਾਂ ਤੁਹਾਡਾ ਪਹਾੜ ਪੜਾ ਸੰਗਲੀ ਲਾਇਆ? ਕੋਈ ਕ੍ਰਾਈਮ ਨਹੀਂ ਆਪਣੀ, ਜਾਣ ਕੇ ਜੇ ਇੱਦਾਂ ਦਾ ਹੋ ਨਾ ਬਾਬਾ ਬੰਨ ਕਰਕੇ ਰੱਖੋ ਤੇ ਫਿਰ ਉਹ ਬੰਦਾ 24 ਘੰਟੇ ਬੰਨ ਕੇ ਰੱਖਣਾ ਬਾਬਾ, ਫਿਰ ਨਾਲ ਉਹਦੇ ਰੋਜ਼ ਆ। ਭਾਜੀ ਮੈਂ ਗੱਲ ਚੁੱਕਦਾ, ਘਰ ਤੋਂ 15 ਸਾਲ ਪਹਿਲਾਂ ਇਸੇ ਡੇਰੇ ਚੋਂ ਇੱਕ ਬੰਦਾ ਆਜ਼ਾਦ ਕਰਕੇ ਖੜਿਆ ਸੀ, ਲਾਲ ਹੁਣ ਬਾਬਾ ਜੀ ਕਹਿੰਦੇ ਇਹਦੀ ਮਜ਼ਦੂਰੀ ਵਗੈਰਾ ਜੋ ਵੀ ਹੈ ਬਾਈ ਇੱਜ਼ਤ ਹੈ ਕਿ ਇਨਸਾਨੀਅਤ ਦੇ ਨਾਲ ਜੋ ਬਣਦਾ ਤੁਸੀਂ ਦੇ ਕੇ ਉਹਨੂੰ ਵਿਦਾ ਕਰੋ, ਔਰ ਅੱਗੇ ਤੋਂ ਮਾਫੀ ਮੰਗੋ ਕਿ ਇਦਾਂ ਦਾ ਜਿਹੜਾ ਕੂਰਤਾ ਪਾਗਲ ਨਾ ਨਹੀਂ ਰੱਖ ਯਾਰ। ਉਹ ਕਾਹਦੋ ਅਸੀਂ ਰੱਖਨੇ ਆ ਮੈਨੂੰ ਦੱਸ, ਨਹੀਂ ਰੱਖਦੇ ਨਹੀਂ, ਤੁਸੀਂ ਰੱਖਦੇ ਹੋ ਤੁਸੀਂ ਕਿੱਦਾਂ ਰੱਖਦੇ ਯਾਰ? ਕੋਈ ਵੀ ਨਹੀਂ, ਮੈਂ ਕਿਹਾ ਕਿਉਂ ਮੰਨਣੇ ਹੁਣ? ਉਹ ਕਹਿੰਦਾ ਮੇਰੇ ਸਾਹਮਣੇ ਖੁਦ ਮੰਨਣ ਦੇ ਯਾਰ। ਉਹ ਰਾਜੂ ਜੀ ਆਈਏ, ਰਾਜੂ ਜੀ ਆਈਏ, ਇਹ ਹੈ ਉਹ ਇਨਸਾਨ ਜਿਹੜੇ ਕਿ ਇਨਸਾਨ ਆ ਜਾ ਰਾਜਵੀਰ ਹੋ ਰਿਹਾ ਯਹਾਂ ਪਰ ਆਪ ਯਹਾਂ ਪਰ ਆਈ ਉਹੀ ਮੈਂ ਕਹਿੰਦਾ ਜੁੱਜਾ ਮੰਨੀਏ ਨਾ ਜਾ ਡਰਨਾ ਅਗਰ ਨਹੀਂ ਡਰਨਾ ਤੇ ਨਾਲ ਯਾਰ ਤੇਰੇ ਨਾਲ ਅਸੀਂ ਖਲੋਤੇ ਆ ਦੱਸ ਆਈ ਆਈ ਕੀ ਬਾਤ ਤੂੰ ਆ ਰਾਜੂ ਜੀ ਬਈ ਇਹ ਕਹ ਰਹੇ ਹਮ ਖਾਣਾ ਵੀ ਦਿੱਤੇ ਤੇ ਬਹੁਤ ਅੱਛੀ ਤਰ੍ਹਾਂ ਸੇ ਰੱਖਦੇ ਤੇ ਬਤਾਈਏ ਕਰ ਨਹੀਂ ਸਭ ਇਨਕੇ ਮਿਲੇ ਜੁਲੇ ਹੋਏ ਬੰਦੇ ਆਗੇ ਜੋ ਸਰਕਟ ਮੇ ਸਰਦਾਰ ਮੈਨੂੰ ਜਾਣਦੇ ਸਾਰੇ ਬੰਦੇ ਤੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਮੈਂ ਮੈਂ ਰਿਹਾ ਹਾਂ ਸਿਕੰਦਰ ਬ੍ਰਦਰ ਸਿਕੰਦਰ ਜਸਟ ਵੇਟ ਕਿੰਨੇ ਕਿੰਨੇ ਦਿਨ ਸੇ ਕੰਮ ਕਰ ਰਹੇ ਮੈਂ 16-17 ਮਹੀਨੇ ਹੋ ਗਏ ਜੀ ਕੰਮ ਕਰਤੇ ਹੋਏ ਲਿਆਕਤ ਸਾਹਿਬ ਤੁਸੀਂ ਕਹਿ ਰਹੇ ਹੋ 9 ਮਹੀਨੇ ਕੰਮ ਕੀਏ ਇਹ ਕਹਿ ਰਹੇ 16 ਮਹੀਨਾ ਮੈਂ ਕਿਹਾ 9 ਮਹੀਨਾ ਹੈ ਇੱਕ ਵਾਰੀ ਲਿਆਕਤ ਸਾਹਿਬ ਜੀ ਆਪਣੇ ਬੇਟੇ ਵੱਲੇ ਝਾਤ ਮਰਾ ਦਿਓ ਇਹ ਇਹਨਾਂ ਦਾ ਪਰਿਵਾਰ ਵਾ ਭਰਾ ਹੀ ਆ ਇੱਕ ਵਾਰੀ ਬ੍ਰਦਰ ਤੂੰ ਆਪਣਾ ਹੁਲੀਆ ਚੱਕ ਕਰਾ ਦੇ ਤੇ ਇੱਕ ਵਾਰੀ ਐਸ ਵੀਰ ਦਾ ਹੁਲੀਆ ਚੱਕ ਕਰ ਲਓ ਦੇਖੋ ਤੋ ਮੈਂ ਮੰਨਦਾ ਮੈਂ ਤੇਰੇ ਨਾਲ ਐਗਰੀ ਹਾਂ ਤੂੰ ਖੇਡ ਕੇ ਆਇਆ ਵਾ ਠੀਕ ਹੈ ਤੂੰ ਐਗਰੀ ਹੈ ਮੈਂ ਤੇਰੇ ਨਾਲ ਐਗਰੀ ਹਾਂ ਮੈਂ ਤੂੰ ਟਰਗੇ ਦਾ ਵੇਖਣ ਡਿਆ ਵਾ ਤੇ ਕੰਮ ਕਰ ਲਓ ਤੁਸੀਂ ਆ ਰੱਖਿਆ ਤੁਸੀਂ ਕੋਈ ਥੋੜੀ ਕੰਮ ਕਰਨਾ ਵਾ ਯਾਰ ਤੂੰ ਆਪਣਾ ਹੁਲੀਆ ਦੇਖ ਲਾ ਇਹਦੇ ਕੱਪੜੇ ਵਿਖਾ ਦੋ ਮੈਨੂੰ ਆ ਦੇਖੋ ਇਹਦੇ ਕੱਪੜੇ ਵੇਖ ਲਾ ਤੇ ਯਾਰ ਆਪਣੇ ਵੇਖ ਲਾ ਆਪਣੇ ਸ਼ੂ ਵੇਖ ਇਹਦੇ ਸ਼ੂ ਵੇਖ ਇਹ ਦੇਖੀਏ ਸੰਗਲੀ ਪਾਸੇ ਰਾਤ ਨੂੰ ਦੇਖ ਲੈ ਨਾ ਕੰਡੀਸ਼ਨ ਦੇਖ ਲੈ ਨਾ ਉੱਧਰ ਦੇ ਮਾੜੇ ਮੋਟੇ ਉੱਧਰ ਆ ਪਰ ਉਹ ਦੁਆ ਦਿੰਦਾ ਲੱਗਾ ਮਾੜਾ ਜਾਂ ਇਹ ਆ ਰਾਜੀ ਦੀ ਸੰਗਲੀ ਕਹਾਂ ਪੈ ਗਈ ਤੇ ਦਿਖਾਈ ਆ ਦੇਖੋ ਵੇਟ ਵੇਟ ਇਹ ਦੇਖੀਏ ਵੇਖ ਸੰਗਲੀ ਪਾਸੇ ਇਹ ਦੇਖੀ ਗੋਰੇ ਦਿਖਾ ਇਧਰ ਗੋਰੇ ਇੱਧਰ ਦਿਖਾ ਇੱਥੇ ਸੰਗਲੀ ਦੇਖੀਏ ਬਹੁਤ ਹੀ ਦੁੱਖ ਭਰਾ ਖਬਰ ਹੈ ਕਿਦਾਂ ਕਿਦਾਂ ਔਰ ਅੱਜ ਇਹਨਾਂ ਨੇ ਐਨਜੀਓ ਵਾਲਮੀਕੀ ਸੰਘਰਸ਼ ਮੋਰਚਾ ਇੱਕ ਐਨਜੀਓ ਤਰਨ ਤਾਰਨ ਤੋਂ ਇਹ ਬਾਬਾ ਜੀ ਜਗਜੀਤ ਸਿੰਘ ਜੀ ਹੈ ਬਾਬਾ ਜੀ ਤੇ ਰੈਸਕਿਊ ਕੀਤੇ
ਔਰ ਉਹਨਾਂ ਨੇ ਵੀ ਲਿਆਕਤ ਜੀ ਨੇ ਵੀ ਪਰਸੋਂ ਵੀਰ ਜੀ ਅਸੀਂ ਦੋ ਬੰਦੇ ਲੈ ਕੇ ਆਏ ਅੰਮ੍ਰਿਤਸਰ ਤੋਂ ਏਦਾਂ ਹੀ ਮੈਨੂੰ ਪਤਾ ਤੁਸੀਂ ਬੰਦੀ ਬਣਾ ਕੇ ਕੀ ਜਵਾਬ ਦੋਗੇ ਅੱਲਾ ਨੂੰ ਕੀ ਜਵਾਬ ਦੋਗੇ ਅਸੀਂ ਬੰਦੀ ਬਣਾ ਕੇ ਕਾਹਦਾ ਰੱਖਿਆ ਉਹਨੂੰ ਮੈਂ ਖੁਸ਼ੀ ਤੁਸੀਂ ਆਪ ਪੁੱਛੋ ਆਪ ਪੁੱਛੋ ਖੁਸ਼ੀ ਨਾਲ ਰਹਿਣ ਦਿਆ ਤੁਹਾਡੇ ਸਾਹਮਣੇ ਆ ਦੇਖੋ ਬਾਬਾ ਜੀ ਬੁਲਾਓ ਸਾਫ ਦੋ ਯਾਰ ਬ੍ਰਦਰ ਰਾਜੂ ਬ੍ਰਦਰ ਰਾਜੂ ਇਧਰ ਆਨਾ ਚਲੋ ਗੱਲ ਮੁੱਕ ਗਈ ਹਨਾ ਵੀਰ ਹੁਣ ਇਨਸਾਫ ਦੇਣ ਨੂੰ ਖੁੱਲ ਕੇ ਦੱਸੀ ਜਾਂਦਾ ਸਾਰਿਆਂ ਦਾ ਧੰਨਵਾਦ ਧੰਨਵਾਦ ਜੀ ਵਾਲਮੀਕ ਸੰਘਰਸ਼ ਮੋਰਚਾ ਹਾਂਜੀ ਮੈਂ ਭਾਜੀ ਇੰਦਰਜੀਤ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਭਾਜੀ ਕੁਲਵਿੰਦਰ ਭਾਜੀ ਹੋਣਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਵੀਰ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਜਿਹਨਾਂ ਨੇ ਵਿਚਾਰਿਆਂ ਨੇ ਸਵੇਰ ਤੋਂ ਤੜਕੇ ਤੋਂ ਆਪਣੀ ਵੇਟ ਕਰ ਰਹੇ ਸੀ ਮਾਫੀ ਮੰਗਦਾ ਵਾਂ ਕਿ ਥੋੜੇ ਲੇਟ ਹੋ ਗਏ ਬਾਬਾ ਜੀ ਭੋਗਪੁਰ ਤੁਸੀਂ ਆਏ ਤੁਹਾਡੇ ਨਾਲ ਦੇਖੋ ਵਾਲਮੀਕ ਸੰਘਰਸ਼ ਮੋਰਚਾ ਭੋਗਪੁਰ ਪ੍ਰੈਸ ਕਲੱਬ ਪ੍ਰਸ਼ਾਸਨ SHO ਸਾਹਿਬ ਨਾਲ ਵੀ ਗੱਲ ਹੋ ਗਈ ਕਿੱਦਾਂ ਦਾ ਤੁਹਾਨੂੰ ਲੱਗਾ ਕਿ ਭੋਗਪੁਰ ਦੇ ਬੰਦੇ ਇਦਾਂ ਦੇ ਤਾਂ ਨਹੀਂ ਹੈ ਮੈਂ ਫਸਟ ਟਾਈਮ ਇੱਥੇ ਭੋਗਪੁਰ ਚ ਆਇਆ ਵਾਂ ਫਸਟ ਟਾਈਮ ਪਰ ਮੈਨੂੰ ਲੱਗਾ ਹੀ ਨਹੀਂ ਹੈ ਕਿ ਮੈਂ ਪਹਿਲੀ ਵਾਰ ਆਇਆ ਵਾਂ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਭਾਜੀ ਹੋਣਾ ਨੂੰ ਵੀਰ ਜੀ ਹੋਣਾ ਨੂੰ ਮੈਂ ਕਾਫੀ ਸਮੇਂ ਤੋਂ ਜਾਣਦਾ ਵਾਂ ਤੇ ਮੇਰੇ ਪਰਿਵਾਰ ਦੇ ਮੈਂਬਰ ਵਾਂ ਕਿਉਂਕਿ ਇੱਕ ਇਹ ਅੱਜ ਪਹਿਲੀ ਜਗ੍ਹਾ ਜਿਸ ਥਾਂ ਤੇ ਆਏ ਹੋਈਏ 100 ਹੁੰਦਾ ਕਿ ਯਾਰ ਅਸੀਂ ਉਪਰੀ ਥਾਂ ਤੇ ਆਏ ਆ ਪਰ ਮਹਿਸੂਸ ਹੀ ਨਹੀਂ ਹੋਇਆ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਉਪਰੀ ਥਾਂ ਤੇ ਆਏ ਆ ਇਦਾਂ ਮੈਨੂੰ ਐ ਲੱਗ ਰਿਹਾ ਵਾ ਕਿ ਜਿਵੇਂ ਬਾਬਾ ਜੀ ਸਾਨੂੰ ਪੱਤਰਕਾਰਾਂ ਨੂੰ ਇਹ ਵੀ ਖਬਰ ਮਿਲੀ ਕਿ ਤੁਹਾਡੇ ਸਾਰੇ ਸੰਗਤਾਂ ਲਈ ਜਿਹੜੇ ਵੀ ਆਏ ਨੇ ਜਸ ਕਲਿਆਣ ਵੱਲੋਂ ਜਿਹੜੇ ਪ੍ਰੈਸੀਡੈਂਟ ਵਾਲਮੀਕ ਸੰਘਰਸ਼ ਮੋਰਚਾ ਉਹਨਾਂ ਨੇ ਬਕਾਇਦਾ ਰੋਟੀ ਪਾਣੀ ਦਾ ਵਿਵਸਥਾ ਹੈ ਤੁਸੀਂ ਲੰਗਰ ਛਕ ਕੇ ਜਾਣਾ ਹੈ ਔਰ ਇਸ ਬੰਦੇ ਨੂੰ ਤੁਹਾਡੇ NGO ਤੁਸੀਂ ਆਪ ਲੈ ਕੇ ਜਾ ਰਹੇ ਹੋ ਤੇ ਇਹਨੂੰ ਇਨਸਾਨ ਨੂੰ ਇਨਸਾਨ ਬਣਾ ਕੇ ਤੁਹਾਡੇ ਨਾਲ ਇਨਸਾਨ ਬਣੇ ਯਹੀ ਕਿਸੇ ਨੂੰ ਦੱਸ ਕੇ ਆਈਏ ਨਾ ਕਿ ਮੈਂ ਵੀ ਜੀ ਤੁਹਾਡੇ ਕੋਲ ਆ ਰਿਹਾ ਅਗਲਾ 100 ਆਪਣੀਆਂ ਜਿਹੜੀਆਂ ਹੁੰਦੀਆਂ ਕਮੀਆਂ ਲੁਕਾਉਂਦਾ ਵਾ ਜੀ ਜੀ ਠੀਕ ਹੈ ਜੀ ਵੀ 100 ਕਮੀਆਂ ਲੁਕਾਉਂਦਾ ਵਾ ਕਿ ਯਾਰ ਆਹ ਚੀਜ਼ ਨਾ ਵੇਖਣ ਆਹ ਚੀਜ਼ ਨਾ ਵੇਖਣ ਸਾਡਾ ਐਡਰੈਸ ਪਿੰਡ ਮਰਹਾਣਾ ਡਿਸਟ੍ਰਿਕਟ ਤਰਨਤਾਰਨ ਨੀਅਰ ਹਰੀਕਾ ਪੱਤਨ ਜੀ ਤੁਸੀਂ ਐਨੀ ਟਾਈਮ ਕਿਸੇ ਸਮੇਂ ਵੀ ਤੁਸੀਂ ਆ ਸਕਦੇ ਜੀ ਆ ਕੇ ਚੈੱਕ ਕਰ ਸਕਦੇ ਜੀ ਮੈਂ ਤੁਹਾਨੂੰ ਉੱਥੇ ਆਸ਼ਰਮ ਚ ਮਿਲਾਂ ਜਾਂ ਨਾ ਮਿਲਾਂ ਤੁਸੀਂ ਆਸ਼ਰਮ ਦੀ ਜਿਹੜੀ ਹਾਲਾਤ ਵਾ ਕੰਡੀਸ਼ਨ ਵਾ ਉੱਥੋਂ ਦੀ ਜਿਹੜੀ ਸਿਚੁਏਸ਼ਨ ਆ ਉਹ ਜਾ ਕੇ ਤੁਸੀਂ ਦੇਖ ਸਕਦੇ ਜੀ ਪ੍ਰੋਪਰ ਇੱਕ ਵੀਰ ਉੱਥੇ ਸੇਵਾ ਦੇ ਉੱਪਰ ਜਿਹੜਾ ਇਹਨਾਂ ਨੂੰ ਮੈਂਟਲੀ ਅਪਸੈਟ ਵਾ ਉਹਨਾਂ ਦੇ ਵਾਸਤੇ ਇੱਕ ਵੀਰ ਆਪਾਂ ਪੇ ਤੇ ਰੱਖਿਆ ਵਾ ਉਹ ਉਹਨਾਂ ਨੂੰ ਸੰਭਾਲਦਾ ਵਾ ਜਿਹਨੇ ਰੋਟੀ ਪਾਣੀ ਚਾਹ ਪਾਣੀ ਵਾਸਤੇ ਇੱਕ ਭੈਣ ਵਾ ਤੁਹਾਡਾ ਬੜਾ ਵਿਊ ਹੈ ਮਤਲਬ ਕਰਦੀ ਸੰਗਤ ਕਰਦੀ ਆ ਮਤਲਬ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇੱਥੋਂ ਇੱਥੇ ਇਹਦਾ ਮਤਲਬ ਇਹ ਨਹੀਂ ਵੀ ਇੱਥੋਂ ਫਸਾ ਕੇ ਇੱਥੋਂ ਹੀ ਕਢਵਾ ਕੇ ਇੱਥੋਂ ਜੀ ਨਾ ਜਾ ਕੇ ਫਸਾ ਦਾ ਹਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ₹7,26,000 ਬਣਦਾ ਦੇਣੀ ਪੈਂਦੀ
ਮੰਨ ਲੋ ਮੈਂ ਕਮਜ਼ੋਰ ਹਾਂ, ਤੁਸੀਂ ਮੈਨੂੰ ਲਾ ਲਿਆ ਕੰਮ ਤੇ, ਮੈਂ ਕਹੂੰ ਭਾਈ ਮੇਰੇ ਤੋਂ ਨੀ ਹੁੰਦਾ ਕੰਮ, ਤੁਸੀਂ ਮੇਰੇ ਬਾਰੇ ਵਿਚਾਰ ਲਾਇਆ ਨਾ ਕਰ ਕੰਮ ਫਿਰ ਲੱਗ ਜਾਣਾ ਡਰਦੇ ਆ ਸਾਰਾ ਭੇਜ ਵੀ ਦੱਸਦਾ ਕਿ ਮੈਂ ਆਪਣੇ ਹੱਥੀ ਲਾਇਆ ਸੀ ਚੜ ਕੇ ਸੁੱਟ ਹਨਾ ਹਾਂ ਤਾਂ ਕਰ ਥੋੜਾ ਹੀ ਹੈ ਉਹ ਦੇਖੋ ਤਾਂ ਹੱਥ ਉਹੀ ਵੀਰ ਵਿਖਾਇਆ ਵਹਾ ਗੋਏ ਨਾ ਖਰਾਬੇ ਤੂੜੀ ਮੇਰੇ ਸਾਡੇ ਪਾਈਆ ਪਾਈਆ ਤੂੜੀ ਦੇ ਬੂਟਾ ਚ ਨਿਕਲੀ ਆ ਇਹਨਾਂ ਦੀ ਇੱਕੋ ਗੱਲ ਆ ਭਾਜੀ ਗਲਤ ਇਨਕੇ ਬੰਦੇ ਆ ਜਿਹੜੇ ਜਦੋਂ ਇੱਥੋਂ ਲੰਘਦੇ ਆ ਜ਼ਰੂਰੀ ਨਹੀਂ ਸਾਰੇ ਬੰਦੇ ਨਹੀਂ ਮਾੜੇ ਹੁੰਦੇ ਹਾਂਜੀ ਕਿਸੇ ਨਾ ਕਿਸੇ ਦੇ ਕੰਨੀ ਗੱਲ ਪੈ ਸਕਦੀ ਕੰਮ ਹੈ ਮਜੇ ਨਾਲ ਕਰੀ ਜਾਂਦੇ ਆ ਵੀਰ ਉੱਥੇ ਇਕੱਲੇ ਹੀ ਅੱਧੀ ਰੋਲਾ ਪਾਓ ਵੀ ਮੈਨੂੰ ਲੈ ਜਾਓ ਭਾਜੀ ਮੈਨੂੰ ਬਚਾਓ ਨਾ ਦਾਦਾ ਬੰਦੇ ਭਾਜੀ ਇਹਨਾਂ ਇਹ ਲਾਗੇ ਸ਼ਾਗੇ ਨਹੀਂ ਰਿਹਾ ਸਾਈਕੋਲੋਜੀਕਲੀ ਨਾ ਡਿਸਟਰਬ ਕਰ ਦੇਖੋ ਦਿਮਾਗ ਉਹਦਾ ਜੀ ਕਰਦਾ ਭਾਈ ਆਪਣੇ ਪਿੰਡ ਦਾ ਜੀ ਕਰਦਾ ਹਾਂਜੀ ਪੰਜ ਮਿੰਟ ਚੰਗੇ ਇਹਨਾਂ ਪਤਾ ਕਰਨਾ ਇਹਨਾਂ ਨੇ ਵੇਖੀ ਜਾਣਾ ਕਿ ਕਿਹੜਾ ਬੰਦਾ ਡਿਸਟਰਬ ਜਾਵਾ ਉਹਨੂੰ ਹੀ ਰੱਖ ਲਈਏ ਕਿਹੜਾ ਬੰਦਾ ਮੈਂਟਲੀ ਅਪਸੈਟ ਲਿਆਉਂਦੇ ਉਹ ਉਹਨੂੰ ਚੱਕ ਜਾਂ ਭਾਜੀ ਕਰ ਦਿੰਦੇ ਮਾੜਾ ਮੋਟਾ ਕਰਦੇ ਆ ਕਰਦੇ ਆ ਇਹਨਾਂ ਜੇ ਰੋਟੀ ਪਾਣੀ ਦੇਣਾ ਬੰਦੇ ਨੂੰ ਉਹਦਾ ਸੁੱਧ ਇਹਨਾਂ ਨੂੰ ਮਾਰ ਦਿੰਦੇ ਆ ਜਨਾਨੀ ਵੀ ਮਾਰਦੀ ਹਾਂ ਭਾਈ ਇੱਕ ਬੋਲ ਕੇ ਦੱਸੋ ਵੀ ਮਾਰਦੇ ਵੀ ਸੀਗੇ ਹਾਂ ਵੀਰ ਵੇਖੋ ਤੁਹਾਡੇ ਸਾਹਮਣੇ ਆ ਸਾਫ ਚਲੋ ਲੈਨੇ ਆ ਆਪ ਦੀ ਵੀਰ ਦੀ ਬੋਲੀ ਆ ਅਸੀਂ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦੇ ਆ ਕਿ ਜੇਕਰ ਅਸੀਂ ਨੂੰ ਕੁਝ ਸਿਖਾਇਆ ਹੋਵੇ ਵੀਰ ਕਹਿੰਦਾ ਵਾ ਕਿ ਇਹ ਜਿਹੜਾ ਲਿਆਕਤ ਅਲੀ ਆ ਇਹ ਵੀ ਮੈਨੂੰ ਕੁੱਟਦਾ ਸੀਗਾ ਜਿਹੜੀ ਉਹਦੀ ਵਾਈਫ ਆ ਉਹ ਵੀ ਮੈਨੂੰ ਮਾਰਦੀ ਸੀਗੀ ਜੇਕਰ ਮੈਂ ਮਤਲਬ ਕਿ ਕਿਸੇ ਕੰਮ ਤੋਂ ਦੇਰੀ ਹੋ ਜਾਂਦੀ ਸੀ ਜਾਂ ਢਿੱਲ ਮੱਠ ਹੋ ਜਾਂਦੀ ਸੀਗੀ ਤੇ ਕੁੱਟਦੀ ਮਾਰਦੀ ਸੀ ਤੇ ਸਾਡੇ ਸਾਹਮਣੇ ਸਵੇਰ ਦਾ ਅੱਜ ਆਇਆ ਵਾ ਅਸੀਂ ਸਵੇਰ ਦੇ ਆਏ ਆ ਅਜੇ ਤੱਕ ਇਹਨੂੰ ਪਾਣੀ ਦੀ ਘੁੱਟ ਸਾਨੂੰ ਤਾਂ ਕੀ ਪੁੱਛਣੀ ਅਸੀਂ ਤੇ ਚੱਲ ਆਏ ਉਹਦੇ ਤੋਂ ਹਿਸਾਬ ਲੈਣਾ ਉਹ ਠੀਕ ਆ ਜੀ ਇਹ ਮੁੰਡੇ ਦਾ ਡੈਡੀ ਅੱਛਾ ਜੀ ਤੇ ਸਰਨ ਟਾਈਮ ਤੋਂ ਆਏ ਭਾਜੀ ਸੇਵਾ ਸੈਟੀ ਇਹਨਾਂ ਦੀ ਤੇ ਇਹ ਜਿਹੜੇ ਦਾ ਭਾਜੀ ਮੈਂ ਮਾਪ ਕੇ ਇਨਕੇ ਜ਼ਬਰਦਸਤੀ ਰੱਖਿਆ ਜਾਂਦਾ ਉਹਨੂੰ ਰੈਸਕਿਊ ਕਰਦੇ ਆ ਤੁਸੀਂ ਖਾਨ ਸਾਹਿਬ ਤੁਸੀਂ ਸਾਡੇ ਕੋਈ ਪ੍ਰਧਾਨ ਸਾਹਿਬ ਵੀ ਕੱਲਾ ਹੁੰਦਾ ਉਹਨੂੰ ਪਤਾ ਟੇਸ਼ਨ ਤੋਂ ਇੱਥੇ ਆ ਜਾਂਦੇ ਆ ਉੱਥੇ ਤਨਖਾਹ ਕਰ ਲੈਂਦੇ ਆ ਕੰਮ ਕਰਕੇ ਉੱਥੋਂ ਆ ਜਾਂਦੇ ਆ ਪਰ ਉਹ ਬਹੁਤ ਕੁਝ ਬੋਲਣ ਡਿਆ ਕਹਿੰਦਾ ਮੈਨੂੰ ਮਾਰਦੇ ਕੁੱਟਦੇ ਮੈਨੂੰ ਸੰਗਲੀ ਪਾਈ ਆ ਉਹਨੂੰ ਕੁੱਟਦੇ ਮਾਰਦੇ ਪਲੱਸ ਉਹਨੂੰ ਸੰਗਲੀ ਇਹ ਤਾਂ ਵਿਚਾਰੇ ਕਦੋਂ ਦੇ ਆਏ ਭਾਜੀ ਤੁਸੀਂ ਅੱਛਾ 6 ਤੇ ਆਏ ਆ 9 ਵਜੇ ਆਏ ਤੇ ਹੁਣੇ ਆਇਆ ਮੈਨੂੰ ਹੁਣੇ ਪਤਾ 11 ਵਜੇ ਆਏ 10 11 ਵਜੇ ਆਏ ਆਪਾਂ ਪਰ ਮਾੜੀ ਤਿੰਨ ਵਾਰ ਆ ਦੇਖੋ ਤਿੰਨ ਵਾਰ ਸਾਰੀਆਂ ਦੱਸ ਜਾ ਦੇਖ ਹੱਥ ਦੇਖੋ ਤੇ ਯਾਰ ਪਤਾ ਕੀ ਵੀਰੇ ਸਵੇਰ ਦੇ ਅਸੀਂ ਆਏ ਆ ਕਿ ਦੱਸਿਆ ਰਿਹਾ 11 ਵਜੇ ਪਰਿਵਾਰ ਨੇ ਸਾਡੇ ਨਾਲ ਕੋਈ ਨਿਆਲੀ ਗੱਲ ਨਹੀਂ ਕੀਤੀ ਇਹ ਪੜਾ ਉਸ ਕੇ ਸਾਡੀਆਂ ਭੈਣਾਂ ਤੁਸੀਂ ਸਾਡੀ ਮਾਂ ਹੋ ਤੁਸੀਂ ਅਸੀਂ ਇਹਨਾਂ ਨੂੰ ਪੁੱਛੋ ਵੀ ਅਸੀਂ ਕੀ ਇਹਨਾਂ ਅੰਦਰ ਵੀ ਬੜੇ ਖੜ ਕੇ ਗੱਲ ਕਰਦੇ ਵੀ ਐ ਕਿ ਵੀ ਬੁਲਾ ਦੋ ਸਾਡੇ ਕੋਲ ਨੰਬਰ ਹੀ ਹੈ ਨਹੀਂ ਕਹਿੰਦੇ ਡਰਦੇ ਮਾਰੇ ਕੁਛ ਕਹਿਣ ਡਿਆ ਪਰ ਜਿਹੜੀ ਇਹਦੇ ਹਾਲਾਤ ਵਾ ਇਹ ਤੇ ਨਹੀਂ ਡਰਦੇ ਮਾਰਦੇ ਕੁਛ ਕਹਿਣ ਡਿਆ ਹਾਲਾਤ ਵੇਖੋ ਇਹਦੀ ਪੈਂਟ ਇਹਦੇ ਕੱਪੜੇ ਇਹ ਤਾਂ ਨੀ ਨਾ ਡਰਨਾ ਆਪਣੇ ਕੱਪੜੇ ਵੇਖ ਲੋ ਚਲੋ ਰੱਬ ਤੁਹਾਨੂੰ ਬਹੁਤਾ ਪਤਾ ਦੇਵੇ ਤੇ ਇਸ ਮਜ਼ਲੂਮ ਦੇ ਕੱਪੜੇ ਵੇਖ ਭਾਜੀ ਨੇ ਕਹਿੰਦੇ ਕੋਟ ਆਪਣਾ ਦਿੱਤਾ ਇਹਨਾਂ ਨੇ ਆਪਣਾ ਕੋਟ ਦਿੱਤਾ ਆ ਤੇ ਜਿਹੜਾ ਇਹਦੇ ਵਾਲਾ ਕੋਟ ਆ ਉਹਦੇ ਵਾਲਾ ਕੋਟ ਆ ਦੇਖੋ ਉਹ ਸਿੱਧਾ ਕਿੰਨਾ ਕੋਟ ਸੀ ਉਹ ਸਿੱਧਾ ਹੁਣ ਇੱਧਰ ਆ ਗੱਲ ਤੋਂ
ਦੇਖੋ ਜੋ ਨਿਆ ਬਿਰਕਾ ਤੋਂ ਗਰੀਬ ਆ, ਇਹਨਾਂ ਨੇ ਲੈ ਜਾਣਾ, ਇਹ ਉੱਥੇ ਸੇਵਾ ਕਰਦੇ ਆ, ਇਹ ਉੱਥੇ ਰੱਖਣਗੇ, ਠੀਕ ਨੀ? ਜਿੰਨਾ ਚਿਰ ਜਦੋਂ ਉਹਦੇ ਪਰਿਵਾਰ ਦਾ ਕਿਸੇ ਦਾ ਪਤਾ ਲੱਗ ਜੂ ਇਹਨਾਂ ਨੇ, ਮੈਂ ਤੁਹਾਨੂੰ ਇੱਕੋ ਗੱਲ ਦੱਸਦਾ, ਠੀਕ ਹੈ ਜੀ? ਸਿੰਘ ਸਾਹਿਬ ਜੀ ਆਪਣੀ ਸੰਸਥਾ, ਬੜਾ ਧੰਨਵਾਦ ਤੁਹਾਡਾ, ਕੀ ਨਾਮ? ਮੰਨਾ ਮਜਾਲ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ ਮੰਨਾ ਮਜਾਲ ਹੁਣਾਂ ਦਾ, ਜਿਨ੍ਹਾਂ ਨੇ ਆਪਣਾ ਦੁੱਖ ਸੁਣਿਆ। ਆਪਣੇ ਰੁਝੇਵੇਂ ਛੱਡ ਕੇ ਵੀਰ ਆਏ, ਇਨਸਾਨੀਅਤ ਦੇ ਪਹਿਲ ਦੇ ਆਧਾਰ ਤੇ ਵੀਰ ਜੀ ਆਏ ਆ, ਕੰਮ ਛੱਡ ਕੇ ਆਏ ਆ, ਤੇ ਇਹਨਾਂ ਨੇ ਵੀ ਇੱਕੋ ਗੱਲ ਕਹੀ ਆ ਕਿ ਜੋ ਉਸ ਬੰਦੇ ਨਾਲ ਧੱਕਾ ਹੋਇਆ ਵਾ ਉਹਦਾ ਜਿਹੜਾ ਮਿਹਨਤਾਨਾ ਵਾ, ਕਿਉਂਕਿ ਚਲੋ ਜਿਹੜਾ 1.5 ਸਾਲ ਉਹਨੇ ਕੰਮ ਕੀਤਾ ਉਹ ਤੇ ਆਪਾਂ ਵਾਪਸ ਨਹੀਂ ਲਿਆ ਸਕਦੇ, ਠੀਕ ਹੈ ਜੀ? ਪਰ ਉਹ ਇੰਨਾ ਕਰ ਸਕਦੇ ਵੀ ਉਹਦਾ 1.5 ਸਾਲ ਦਾ ਮਿਹਨਤਾਨਾ ਉਹਨੂੰ ਮਿਲਿਆ ਜਾਵੇ ਆਪਣੀ ਸਿੰਘਾ ਜੀ ਐਨਜੀਓ ਆ। ਜਦੋਂ ਵੀ ਮੈਂ ਵੀਡੀਓ ਹੁਣ ਬਣਾ ਰਿਹਾ, ਸਾਰੀ ਬਣਾ ਰਿਹਾ, ਜਦੋਂ ਇਸ ਪਰਿਵਾਰ ਦਾ ਸਾਨੂੰ ਪਤਾ ਲੱਗਦਾ ਜਾਂ ਆਪ ਜੀ ਨੂੰ ਪਤਾ ਲੱਗਦਾ ਜਾਂ ਤੁਹਾਨੂੰ ਪਤਾ ਲੱਗਦਾ, ਆਪਾਂ ਇਸ ਦੇ ਪਰਿਵਾਰ ਨੂੰ ਲੈ ਕੇ ਸਬੁੱਧ ਕਰਕੇ ਵੀਡੀਓਗ੍ਰਾਫੀ ਬਣਾ ਕੇ ਜੋ ਵੀ ਪੈਸਾ ਇੱਥੋਂ ਅਸੀਂ ਲੈ ਕੇ ਜਾਵਾਂਗੇ ਉਹਦੇ ਪਰਿਵਾਰ ਨੂੰ ਸਬੁੱਧ ਕੀਤਾ ਜਾਊਗਾ। ਬਾਈ ਚਾਂਸ ਜੇ ਉਹਦਾ ਪਰਿਵਾਰ ਨਹੀਂ ਲੱਭਦਾ ਤੇ ਉਹ ਜਿੱਦਾਂ ਵੀ ਤੁਸੀਂ ਕਹੋਗੇ ਵੀਰ ਜੀ, ਮੈਂ ਅੱਗੇ ਵੀ ਵੀਡੀਓ 'ਚ ਕਹਿੰਦਾ ਹੁੰਦਾ ਵਾਂ ਕਿ ਤੁਹਾਡੇ ਲਾਗੋਂ ਜਿਵੇਂ ਮੰਨ ਲਓ ਇਹਨਾਂ ਕੋਲੋਂ ਆਪਾਂ ਨੂੰ ਜਿੰਨਾ ਹਰਜਾਨਾ ਮਿਹਨਤਾਨਾ ਮਿਲਦਾ ਵਾ, ਤੁਹਾਡੇ ਲਾਗੋਂ ਕੋਈ ਲੋੜਵੰਦ ਵਾ, ਮੰਨ ਲਓ ਕੋਈ ਬਿਮਾਰ ਵਾ, ਠੀਕ ਹੈ, ਜੋ ਮਿਹਨਤਾਂ ਨਾਲ ਮਿਲਦਾ ਆਪਾਂ ਉਸ ਬਿਮਾਰ ਦੀ ਇਲਾਜ ਤੇ ਲਾ ਸਕਦੇ ਹਾਂ, ਆ ਕਿਸੇ ਭੈਣ ਦਾ ਵਿਆਹ ਹੋਣਾ ਵਾ ਆਪਾਂ ਉਹਦੇ ਵਿਆਹ ਤੇ ਲਾ ਸਕਦੇ ਹਾਂ। ਕੱਲ ਨੂੰ ਤੁਸੀਂ ਕਹੋ ਕਿ ਯਾਰ ਤੂੰ 1 ਲੱਖ ਰੁਪਇਆ ਲੈ ਕੇ ਚੱਲ ਗਿਆ ਵਾ, ਤੇਰਾ ਤੇ ਬਿਜ਼ਨਸ ਆ, ਹਨਾ 1.5 ਲੱਖ ਰੁਪਇਆ ਲੈ ਕੇ ਚੱਲੇਗਾ ਬਿਜ਼ਨਸ, ਮੈਨੂੰ ਸੰਗਤ ਵਾਧੂ ਗੱਫੇ ਭੇਜਦੀ ਹੈ, ਬਹੁਤ ਸਹਿਯੋਗ ਦਿੰਦੀ ਹੈ। ਆਪਾਂ ਇੱਥੇ ਰਹਿ ਕੇ ਤੁਹਾਡੇ ਭੋਗਪੁਰ ਦੇ ਵਿੱਚ ਤੁਹਾਡੇ ਇਲਾਕੇ ਬੰਨੇ ਕੋਈ ਭੈਣ ਲੋੜਵੰਦ ਹੋਵੇ ਉਹਦਾ ਆਪਾਂ ਆਪ ਵਿਆਹ ਕਰਾਂਗੇ ਸਾਰਾ ਸੰਗਤ ਵੱਲੋਂ, ਠੀਕ ਹੈ ਜੀ? ਸਾਰਾ ਵਿਆਹ ਆਪਾਂ ਸੰਗਤ ਵੱਲੋਂ ਕਰਾਂਗੇ। ਤੁਸੀਂ ਦੱਸ ਦਿਓ ਜਿਹੜਾ ਪੈਸਾ ਜੇ ਤੇਰਾ ਪਰਿਵਾਰ ਮਿਲ ਜਾਂਦਾ, ਮੈਨੂੰ ਸੰਗਤ ਕਹਿੰਦੀ ਹੁੰਦੀ ਆ ਕਿ ਯਾਰ ਉਹਦਾ ਮਿਹਨਤਾਨਾ ਉਹਨੂੰ ਮਿਲਣਾ ਚਾਹੀਦਾ ਵਾ। ਮੈਂ ਸੰਗਤ ਨਾਲ ਇਸ ਗੱਲ ਨੂੰ ਸਹਿਮਤ ਵਾਂ, ਪਰ ਜਦੋਂ ਉਹ ਬੰਦਾ ਦਿਮਾਗੀ ਸਹੀ ਨਹੀਂ ਆ, ਉਹਨੂੰ ਪੈਸੇ ਨਾਲ ਪਤਾ ਨਹੀਂ, ਉਹਨੂੰ ਫੈਸਿਲਿਟੀਜ਼ ਮਿਲਣਗੀਆਂ, ਉਹਨੂੰ ਕੱਪੜਾ ਮਿਲੂਗਾ, ਹਾਂ ਉਹਨੂੰ ਕੱਪੜਾ ਮਿਲੂਗਾ, ਉਹਨੂੰ ਰੋਟੀ ਪਾਣੀ ਵਧੀਆ ਮਿਲੂਗਾ, ਹਨਾ? ਜੇਕਰ ਉਹਨੂੰ ਉਹਦਾ ਪਰਿਵਾਰ ਮਿਲ ਜਾਂਦਾ, ਮਹੀਨਾ ਇੱਕ ਵੇਟ ਕਰਾਂਗੇ, ਜੇਕਰ ਉਹਨੂੰ ਉਹਦਾ ਪਰਿਵਾਰ ਮਿਲ ਜਾਂਦਾ ਵਾ ਉਹ ਪਰਿਵਾਰ ਨੂੰ ਵੀਡੀਓਗ੍ਰਾਫ, ਮੈਂ ਇਹ ਨਹੀਂ ਕਿ ਮੂੰਹ ਜ਼ਬਾਨੀ ਕਹਿ ਦਵਾਂ ਕਿ ਪੈਸੇ ਦੇਤੇ ਆ ਤੇ ਬਸ ਤੁਸੀਂ ਮੰਨ ਲਿਆ, ਹਨਾ? ਅਸੀਂ ਤੈਨੂੰ ਇਹ ਬੇਨਤੀ ਕਰਾਂਗੇ ਰੱਖ ਲੋ ਬੰਦਾ, ਉਹ ਰੱਖੋ ਜਿਹੜਾ ਸਹਿਮਤੀ ਨਾਲ ਤੁਹਾਡੇ ਰਹਿੰਦਾ, ਇਹ ਤੁਸੀਂ ਗੁੱਸਾ ਨਹੀਂ ਕਰੋ, ਇਹ ਸਾਰਾ ਲੈਣ ਦੇਣ ਇੱਥੇ ਹੀ ਬਾਬਾ ਜੀ ਸਾਨੂੰ ਮਜਾਲ ਸਾਹਿਬ ਆ ਜਾਂਦੇ ਆ। ਚਲੋ ਅੱਗੇ ਤੇ ਹੁਣ ਗੁਫਾ ਕੂੜੇ ਸਾਡਾ ਤਾਂ ਕੰਮ ਇਹੋ ਹੀ ਹੈ, ਹੋ ਚੁੱਕਾ ਦੇਖੋ ਮੈਂ ਤੁਹਾਨੂੰ ਹੀ ਨਹੀਂ ਆ ਭਾਜੀ, ਹੁਣ ਚਲੋ ਲਾਈਵ ਚੱਲਦਾ ਨਾ ਆਪਣਾ, ਹਾਂਜੀ ਲਾਈਵ, ਮੈਂ ਦੇਖੋ ਸਾਰੇ ਜਿੰਨਾ ਵੀ ਤੁਹਾਡਾ ਗੁੱਜਰ ਭਾਈਚਾਰਾ ਆ ਸਾਰੇ ਪੰਜਾਬ 'ਚ ਕੀ ਬਾਹਰ ਹੀ ਬੈਠਾ, ਮੈਂ ਇਹ ਕਹਿੰਦਾ ਜੇ ਕੋਈ ਤੁਸੀਂ ਤਾਂ ਮੰਦ ਬੁੱਧੀ ਲਿਆਉਂਦੇ ਯਾਰ, ਉਹਦਾ ਕੋਈ ਨਾ ਕੋਈ ਬਣਾ ਕੇ ਉਹਦੀ ਕੋਈ ID ਬਣਾ ਕੇ ਕੁਛ ਆ, ਜਾਂ ਤਾਂ ਕੋਈ ਅਕਾਊਂਟ ਖੁਲਾ ਕੇ, ਜੇ ਤਾਂ ਉਹਦੇ 'ਚ ਖਾਤੇ 'ਚ ਪੈਸੇ ਪਾਉਂਦੇ ਆ ਫਿਰ ਤਾਂ ਦੇਖੋ ਬਹੁਤ ਵਧੀਆ, ਅਸੀਂ ਕਹਾਂਗੇ ਵੀ ਤੁਸੀਂ ਭਲੇ ਦਾ ਕੰਮ ਕਰਨਾ ਹੈ ਉਹਨੂੰ, ਹੁਣ ਉਹ ਕਹਿੰਦਾ ਵੀ ਮੈਨੂੰ ਦੁੱਧ ਤੱਕ ਨਹੀਂ ਦਿੱਤਾ ਕਦੀ, ਦੇਖੋ ਕੰਮ ਉਹ ਗੁੱਜਰ ਮਲ ਤੁਹਾਡੇ ਕਰਦੇ ਆ ਕਿੰਨੇ ਡੰਗਰ ਆ, ਉਹ ਬੋਲਦਾ ਰਾਜੂ ਦਿੰਦੇ ਦੁੱਧ ਦਾ, ਦੁੱਧ ਪਿਲਾਉਂਦੇ ਆ ਗਲਤ ਆ, ਰੱਖੋ ਬੰਦਾ
ਉਹਦੀ ਮਿਹਨਤ ਤੇ ਦੋ ਆਪਾਂ ਵੀਰੇ ਕੱਟੇ ਨੂੰ ਵੀ ਜਗਾ ਦਿੰਦੇ ਆ ਬੱਚਿਆਂ ਨੂੰ ਦੇ ਦਿੰਦੇ ਆ ਤੇ ਹੁਣ ਇਹੀ ਆ ਚਲੋ ਵੀ ਵਿਚਾਰੇ ਸਵੇਰ ਦੇ ਹੁਣ ਪਾ ਤੂੰ ਆਇਆ ਮੈਂ ਵੀ ਹੁਣੇ ਆਇਆ ਤੇਰੇ ਅੱਗੇ ਅੱਗੇ ਤੇ ਗੱਲ ਇੱਕ ਹੀ ਆ ਚਲੋ ਰਾਜੇ ਨੇ ਆ ਵੀ ਤੇ ਭਾਈ ਤੁਹਾਡੇ ਗਵਾਂ ਦੀ ਰਹਿਣਾ ਅੱਗੇ ਤੋਂ ਜੇ ਕੋਈ ਬੰਦਾ ਤੁਸੀਂ ਰੱਖਦੇ ਨਾ ਪਹਿਲੀ ਤਾਂ ਗੱਲ ਬੰਦਾ ਮੰਦਬੁੱਧੀ ਨਾ ਕੋਈ ਰੱਖੋ ਇਦਾਂ ਦਾ ਇਹਨੂੰ ਆਪਾਂ ਮੰਦਬੁੱਧੀ ਕਵਾਂਗੇ ਹੁਣ ਵੈਸੇ ਉਹ ਬੋਲਣ ਡਿਆ ਸਹੀ ਸਾਰੀਆਂ ਗੱਲਾਂ ਦੱਸਦਾ ਪਰ ਉਹ ਕਹਿੰਦਾ ਵੀ ਮੈਨੂੰ ਬਹੁਤ ਜ਼ਿਆਦਾ ਟਾਰਚਰ ਕੀਤਾ ਜਾਂਦਾ ਸੀ ਮੈਨੂੰ ਸੰਗਲ ਪਾ ਕੇ ਬੰਨਦੇ ਸੀ ਇਸ ਗੱਲ ਦਾ ਦੇਖੋ ਗੁੱਸਾ ਨਾ ਕਰਿਓ ਇਧਰ ਸੁਣੋ ਬੱਚਿਆਂ ਵਾਲੇ ਆ ਮੇਰੀ ਗੱਲ ਸੁਣੋ ਇਸ ਗੱਲ ਨੂੰ ਜੇ ਲਈਏ ਤੇ ਹਿਊਮਨ ਰਾਈਟ ਬੈਠਾ ਆ ਪਰਚਾ ਦਰਜ ਹੁੰਦਾ ਆ ਸਿੱਧੀ ਗੱਲ ਮੈਂ ਕਹਿੰਦਾ ਕਿਉਂਕਿ ਇਹਦੀ ਗੱਲ ਇਹ ਮੀਡੀਆ ਰਾਹੀਂ ਸਾਰੇ ਪਾਸੇ ਜਾਂਦੀ ਹੈ ਨਾ ਇਸ ਗੱਲ ਦਾ 2 ਮਿੰਟ 'ਚ ਪਰਚਾ ਵੀ ਦਰਜ ਹੋ ਜਾਂਦਾ ਪਰ ਆਪਾਂ ਉਹਨਾਂ ਗੱਲਾਂ ਨੂੰ ਛੱਡੋ ਤੁਸੀਂ ਉਹ ਤੁਹਾਡਾ ਮੁੰਡਾ ਚਲੋ ਗਲਤੀ ਮੰਨਦਾ ਆ ਤੁਸੀਂ ਹੁਣ ਜੋ ਉਹਦਾ ਬੰਦਾ ਆ ਜੋ ਉਹਦੀ ਮਿਹਨਤ ਆ ਕਰੋ ਗੱਲ ਉਹਨਾਂ ਦੱਸੋ ਬਾਬਾ ਜੀ ਪਤਾ ਇਹਨਾਂ ਨੂੰ ਪਤਾ ਸਿਕੰਦਰ ਬਾਈ ਕਿੰਨੇ ਬਣਾ ਇਹਨਾਂ ਦੇ ਪਰਿਵਾਰ ਨੇ ਕਿਹਾ ਵੀ 7000 ਸਾਡੇ ਕੋਲ ਲੱਗੇ ਅੱਛਾ ਆਪਾਂ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਨਹੀਂ 7500 7 ਹੈਗਾ ਤੇ ਕੁਝ ਵੀ ਨਹੀਂ ਆਪਾਂ ਕਿਹਾ ਹਾਂ ਆਪਾਂ ਕਿਹਾ 18 ਮਹੀਨੇ ਬਣਾ 18 ਮਹੀਨੇ ਦੇ ਪਹਿਲਾਂ ਵੀ 7 ਕੋਈ 18 ਮਹੀਨੇ ਦੇ 1,26,000 ਬਣਾ ਉਹ ਧੰਮੇ ਭਾਜੀ ਨੇ ਰੱਖਿਆ ਧੰਮੇ ਭਾਜੀ ਨੇ ਆਹੀ 1,26,000 ਹਾਂ ਦੱਸ ਕੇ ਗਿਆ ਉਹਨੇ ਇੱਕ ਬੰਦਾ ਰੱਖਿਆ ਨਹੀਂ ਸਿਰ ਤੇ ਉਹਨਾਂ ਦੀ ਓਏ ਇੱਥੋਂ ਘੱਟ ਮਿਹਨਤ ਹੀ ਦਿੰਦੇ ਆ ਪਿੱਛੇ ਜੋ ਉਹਨਾਂ ਮੇਰੀ ਮਿਹਨਤ ਭਾਜੀ ਉਹਨਾਂ ਨੇ ਇੱਥੋਂ ਚੜਾ ਕੇ ਖੜਿਆ ਹੋਇਆ ਦੇਖ ਲਓ ਇਹਦੇ ਸੁਣੋ ਹਾਂਜੀ 15 ਸਾਲ ਪਹਿਲਾਂ ਧਰਮਪੜ ਸੁਣ ਲਓ ਉਹ ਹੁਣ ਪਿੱਛੇ ਜਿਹੜਾ ਗੱਲ ਚੱਲੀ ਉਹ ਕਹਿੰਦਾ ਭਾਜੀ ਮੇਰੀ ਨਾ ਮਿਹਨਤ ਵਧਾਓ ਮੈਂ ਵੀ ਬੈਠਾ ਉੱਥੇ ਉਹਦੀ ਭਾਜੀ ਮਿਹਨਤ ਹੋਰ ਵਧਾਈ ਉਹਨਾਂ ਨੇ ਫਿਰ ਦੇਖੋ ਮੈਂ ਉਹਨਾਂ ਦੇ ਘਰ ਜਾਂਦਾ ਮੈਂ ਧੰਮੇ ਘਰ ਜਾਂਦਾ ਉਹ ਡੇਲੀ ਉਹਨੂੰ ਜੋ ਘਰ ਪਾਉਂਦਾ ਉਹੀ ਦਿੰਦੇ ਖਾਣ ਪੀਣ ਉਹਨੂੰ ਟੀਵੀ ਲਾ ਕੇ ਦਿੱਤਾ ਆ ਤੁਹਾਡੇ ਰਾਜੇ ਲੱਗੇ ਹੀ ਆ ਉੱਥੇ ਲੱਗੇ ਰਹਿੰਦਾ ਆ ਸੌਣ ਪਾਉਂਦਾ ਉਹਦਾ ਬਾਥਰੂਮ ਦਾ ਪ੍ਰਬੰਧ ਪੂਰੇ ਮੱਥੇ ਜੀ ਹੁਣ ਇੱਥੇ ਮਿਲ ਕੇ ਗਏ ਆ ਨਹੀਂ ਤੇ ਚੋਰ ਨੂੰ ਪਾਲਾ ਹੋ ਜਾਂਦਾ ਵਾ ਕਿ ਯਾਰ ਇੱਧਰ ਆ ਗਏ ਕਿਤੇ ਮੇਰੇ ਲਈ ਨਾ ਆਉਣ ਹੈਨਾ ਉਹ ਇੱਥੇ ਮਿਲ ਕੇ ਗਏ ਆ ਪ੍ਰੋਪਰ ਦੱਸ ਕੇ ਗਏ ਆ ਬਾਕੀ ਜਿਹੜੇ ਵੀ ਵੀਰ ਜੀ ਹੁਣੀ ਆ ਵੀਰ ਜੀ ਹੁਣੀ ਹਾਂ ਸਾਹਿਬ ਕੀ ਹਾਲ ਹੈ ਮੀਡੀਆ ਦੀ ਗੱਲ ਚੱਕੀ ਰਾਵਤ ਸਾਹਿਬ ਆ ਮੀਡੀਆ ਦੀ ਗੱਲ ਚੱਕੀ ਤੇ ਬਹੁਤ ਪੰਗਾ ਪੈ ਜਾਂਦਾ ਆ ਆਪਾਂ ਇਹ ਕਹਿੰਦੇ ਵੀ ਚਲੋ ਜਿੱਦਾਂ ਉਹ ਕਹਿੰਦੇ ਉਹਨੂੰ ਗੱਲ ਹੁਣ ਤੁਸੀਂ ਨਿਬੇੜੋ ਓਏ ਤੋ ਮਜਾਲ ਸਾਹਿਬ ਅਸੀਂ ਵੀ ਤੁਹਾਡੇ ਕਹਿੰਦੇ ਬਾਬੇ ਦੇ ਹੁਣ ਜੋ ਜੈ ਭਾਜੀ ਜੈ ਤੇ ਤਾਂ ਦੱਸ ਦਿੱਤਾ ਡਬਲ ਕੰਮ ਕਰਦਾ ਵਾ 8 ਘੰਟੇ ਡਿਊਟੀ ਹੁੰਦੀ ਆ 9 ਘੰਟੇ ਡਿਊਟੀ ਹੁੰਦੀ ਆ ਉਹ ਮੇਰਾ ਵੀਰ 15 ਘੰਟੇ ਕੰਮ ਕਰਦਾ 4-5 ਮਹੀਨੇ ਹੋਏ ਆ ਇਹਨੂੰ ਵਿਧਾਨ ਨੂੰ ਤੋਂ ਵਿਧਾਨ ਨੂੰ ਹੁਣ ਕਹਿੰਦਾ ਕਿੰਨੇ ਦਿਨ ਹੋ ਗਏ ਬਾਬਾ ਜੀ ਕੋਈ ਫਾਇਦਾ ਨਹੀਂ ਕਰਦਾ ਵੈਸੇ ਮੰਨੇ ਜਾਈ ਨਾ ਤੁਸੀਂ ਵੀ ਜ਼ਿੰਮੇਦਾਰਾ ਕਰਦੇ ਜੇ ਤੁਸੀਂ ਵੀ ਮੱਝਾਂ ਰੱਖਦੇ ਡੰਗਰਾਂ ਦੇ ਆਪਾਂ ਮੱਝਾਂ ਡੰਗਰਾਂ ਦੇ ਤੁਹਾਡੀ ਜਿਹੜੀ ਆ ਨੁਹਾ ਜਾਂ ਕੁੜੀਆਂ ਉਹ ਖੁਦ ਕਹਿੰਦੇ ਵੀ 1.5 ਸਾਲ ਹੋ ਗਿਆ ਤੁਹਾਡਾ ਮੁੰਡਾ ਆ ਕਹਿੰਦਾ 9 ਮਹੀਨੇ ਹੋ ਗਏ ਤੁਸੀਂ ਆਏ ਕਹਿੰਦੇ 5 ਮਹੀਨੇ ਹੋ ਗਏ ਬਾਈ ਤੁਸੀਂ ਕਹਿੰਦਾ ਮਹੀਨਾ ਹੋਇਆ ਮੈਂ ਵੀ ਡੇਢ ਸਾਲ ਕੰਮ ਹੋਇਆ ਕਾਰੋਬਾਰ ਤੇ ਵੱਖਰਾ ਕੋਈ ਗੱਲ ਨਹੀਂ ਕਰੋ ਭਾਜੀ ਥੋ ਪੈਸੇ ਦੇ ਮਿਲ ਜੂਗੇ ਮੈਨੂੰ ਜਾਇਜ਼ ਤੁਸੀਂ ਕਰ ਲਓ ਕਰੋ ਨਹੀਂ ਨਹੀਂ ਮੈਂ ਕਹਿੰਦਾ ਕਰੋ ਤੁਸੀਂ ਜਾਇਜ਼ ਤੇ ਤੋਂ ਵੱਧ ਕੀ ਆਈ ਕੋਈ ਗੱਲ ਹੀ ਨਹੀਂ ਕੀਤੀ ਜਾਇਜ਼ ਹੋਣਾ ਇਹਦਾ ਕੀ ਕਰਨਾ ਉਹਦੇ ਵਿਚਾਰੇ ਦੀ ਹੁਣ ਇਹ ਕਿਹੜੀ ਕਿ ਸੌਦੇ ਭਾਜੀ ਆ ਵੀ ਤੁਸੀਂ ਵੀ ਉਹਨੂੰ ਵੜ ਕੇ ਖਾਣਾ ਹੋਈ ਵੀ ਖਾਦੀ ਜਾਇਜ਼ ਕਰ ਭਾਜੀ ਜਾਓ ਜਾ ਗੱਲ ਕਰੋ ਨਾ ਹਾਂ ਚਾ ਗਿਆ ਅਗੋਰੇ ਦਾ ਤਿਆਰ ਕੀ ਬੰਦ ਹੋ ਜੇ ਭਾਈ ਤੁਹਾਡਾ ਕਿਹੜਾ ਵੀਰ ਆਪਾਂ ਪਹਿਲਾਂ ਕਿ ਜਾਣਾ ਸੰਨੀ ਵੀਰ ਜੀ ਨਹੀਂ ਆ ਤੁਹਾਡਾ ਕਿਹੜਾ ਵੀਰੇ ਮੰਗਾ ਵੀਰ ਹੈਨਾ ਸਨੀ ਵੀਰ ਮੰਗਾ ਵੀਰ ਮੈਂ ਵੀਰੇ ਨਾ ਵੀਰਾਂ ਹੁਣਾਂ ਦੇ ਤਾਤ ਪੁੱਛ ਰਿਹਾ ਵਾਂ ਕਿ ਇਹ ਵੀਰ ਹੁਣੀ ਸਵੇਰ ਦੇ ਆਣ ਕੇ ਇੰਨੀ ਠੰਡ ਵਾ ਆਪਣੇ ਕੰਮ ਘਰ ਛੱਡ ਕੇ ਇਨਸਾਨੀਅਤ ਦੇ ਨਾਤੇ ਸਾਡੇ ਨਾਲ ਖਲੋਤੇ ਆ ਠੀਕ ਹੈ ਜੀ
ਤੇ ਬੜਾ ਵਧੀਆ ਲੱਗਾ। ਖਲੋਤੇ ਆ ਸਾਡੇ ਵੱਡੇ ਭਰਾ ਆਏ ਆ, ਅਸੀਂ ਇਹਨਾਂ ਦੇ ਨਾਲ ਆ। ਸੰਗਤ ਕਹਿੰਦੀ ਹੈ ਨਾ, ਸਾਨੂੰ ਸੰਗਤ ਲਿਖਦੀ ਹੈ ਜੋ, ਉਹ ਕਹਿੰਦੀ ਵੀ ਜਿਹੜੇ ਪਿੰਡ ਜਾਂਦੇ ਉਹ ਮੇਲਾ ਲੱਗ ਜਾਂਦਾ, ਤੇ ਮੇਲਾ ਲਾਉਣਾ ਰਾਮਦਾਸ ਪਾਤਸ਼ਾਹ ਹੈਨਾ। ਵਾਹਿਗੁਰੂ ਸਾਹਿਬ, ਬੜਾ ਵਧੀਆ ਲੱਗਾ ਆਪ ਜੀ ਨਾਲ ਮਿਲੇ। ਸਾਨੂੰ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ, ਮੈਨੂੰ ਪਤਾ ਮੇਰੇ ਭਰਾ ਖਲੋਤੇ ਆ ਤੇ ਉਹਨਾਂ ਨੇ ਆਪਣੇ ਨਿਆਣ ਦੇਣਾ, ਅਸੀਂ ਇੱਥੇ ਖਲੋਤੇ ਆ। ਪਰ ਸਾਨੂੰ ਲੱਗਾ ਹੀ ਨਹੀਂ ਆ, ਮੈਨੂੰ ਐਂ ਲੱਗਦਾ ਜੇ ਮੇਰੇ ਵੱਡੇ ਭਰਾ ਆਣ ਕੇ ਮੇਰੇ ਨਾਲ ਖਲੋਗੇ ਹੁੰਦੇ ਆ। ਲੱਗਦੀ ਹੋਊਗੀ ਅੱਗੇ ਉਹ ਜਾਣਨ ਤੁਸੀਂ ਜਾਣਾ ਜੀ। ਮੈਂ ਕਹੀ ਕਹਿੰਦੇ ਵੀ 9 ਮਹੀਨੇ ਰਹੇ, ਉਹ ਕਹਿੰਦਾ ਮੈਂ ਉਹ ਬਿਆਨ ਦਿੰਦਾ, ਬਿਆਨ ਚੱਲ ਰਿਹਾ ਉਹਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਜਿੱਦਾਂ ਤੁਸੀਂ ਵੇਖਿਆ ਹੀ ਆ ਕਿ ਕਿੱਦਾਂ ਆਪਾਂ ਇੱਕ ਵੀਰ ਨੂੰ ਆਪਾਂ ਜਲੰਧਰ ਜ਼ਿਲ੍ਹੇ ਤੋਂ ਗੁਜਰਾਂ ਤੋਂ ਆਪਾਂ ਰੈਸਕਿਊ ਕਰਕੇ ਲੈ ਕੇ ਆਏ ਸੀਗੇ। ਤੇ ਸੋ ਸਾਰੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹਨੇ ਸਹਿਯੋਗ ਨਾਲ ਇੱਦਾਂ ਆਪਾਂ ਸੇਵਾ ਹੁੰਦੀ ਆ। ਤੇ ਅੱਜ ਮੈਂ ਸੰਗਤ ਨੂੰ ਵੀਡੀਓ ਦੇ ਜ਼ਰੀਏ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਸੰਗਤ ਜੀ, ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਰਤਨ ਦੇਵ ਅਨਾਥ ਆਸ਼ਰਮ ਚਲਾ ਰਹੇ ਹਾਂ। ਇੱਥੇ ਆਪਣੇ ਕੋਲ ਅੱਜ ਦੀ ਡੇਟ ਦੇ ਵਿੱਚ 29 ਰੱਬੀ ਰੂਹਾਂ ਵਾਂ ਜਿਨ੍ਹਾਂ ਦੀ ਸੇਵਾ ਸੰਭਾਲ ਹੁੰਦੀ ਆ, ਸੰਗਤ ਜਿਨ੍ਹਾਂ ਦੀ ਸੇਵਾ ਕਰਵਾਉਂਦੀ ਆ। ਤੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸੰਗਤ ਜੀ, ਅੱਜ ਕੱਲ੍ਹ ਠੰਡ ਦੇ ਮੌਸਮ ਦੇ ਵਿੱਚ ਸਾਨੂੰ ਬਹੁਤ ਭਰਾ ਭੈਣਾਂ ਫੋਨ ਲਾਉਂਦੀਆਂ ਵਾਂ ਕਿ ਵੀਰ ਜੀ ਫਲਾਣੀ ਫਲਾਣੀ ਜਗ੍ਹਾ 'ਤੇ ਕੋਈ ਲਵਾਰਸਾ ਉੱਥੋਂ ਲੈ ਜਾਓ, ਫਲਾਣੀ ਫਲਾਣੀ ਜਗ੍ਹਾ 'ਤੇ ਕੋਈ ਵੀਰ ਉੱਥੋਂ ਲੈ ਜਾਓ। ਪਰ ਬੇਨਤੀ ਹੈ ਕਿ ਹੁਣ ਸਾਨੂੰ ਇੱਥੇ ਮੰਜਿਆਂ ਦੀ ਲੋੜ ਵਾ, ਕਿਉਂਕਿ ਸਾਡੇ ਕੋਲ ਇੱਥੇ ਮੰਜੇ ਹੋਣਗੇ ਜਾਂ ਬਿਸਤਰੇ ਹੋਣਗੇ ਅਤੇ ਤਾਂ ਦੀ ਆਪਾਂ ਰੱਬੀ ਰੂਹਾਂ ਨੂੰ ਲਿਆ ਸਕਦੇ ਹਾਂ। ਬੇਨਤੀ ਹੈ ਕਿ ਅੱਜ ਸਾਡੇ ਤੋਂ ਜਿੰਨੇ ਬਿਸਤਰੇ ਮੰਜੇ ਸੀਗੇ, 29 ਮੰਜੇ ਸੀਗੇ, 29 ਦੇ 29 ਮੰਜੇ ਇੱਥੇ ਲੱਗ ਚੁੱਕੇ ਆ। ਸੋ ਬੇਨਤੀ ਹੈ ਸੰਗਤ ਦੇ ਅੱਗੇ, ਭੈਣਾਂ ਦੇ ਅੱਗੇ, ਵੀਰਾਂ ਦੇ ਅੱਗੇ, ਜੇਕਰ ਕੋਈ ਵੀਰ ਮੰਜਿਆਂ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਜਾਂ ਬਿਸਤਰਿਆਂ ਦੀ, ਕਿਉਂਕਿ ਬਿਸਤਰ ਵੀ ਹੁਣ ਆਪਣੇ ਕੋਲ ਸਮਾਪਤ ਹੋ ਚੁੱਕੇ ਆ, ਨਵੇਂ ਲਿਆਉਣੇ ਪੈਣੇ ਆ। ਜੇ ਕੋਈ ਭੈਣ ਭਰਾ ਇਹਨਾਂ ਦੇ ਵਿਚਾਰਿਆਂ ਦੇ ਜਿਹੜੇ ਦਿਮਾਗੀ ਨਹੀਂ ਸਹੀ, ਇਹਨਾਂ ਵਾਸਤੇ ਕੋਈ ਬਿਸਤਰ ਸੇਵਾ ਕਰਨੀ ਚਾਹੁੰਦਾ ਹੋਵੇ, ਪਿੰਡ ਮਰਹਾਣਾ, ਜ਼ਿਲ੍ਹਾ ਤਰਨ ਤਾਰਨ, ਆਪਣਾ ਬਾਬਾ ਰਤਨ ਦੇਵ ਅਨਾਥ ਆਸ਼ਰਮ, ਕੋਈ ਵੀਰ ਭਰਾ ਇੱਥੇ ਛੱਡ ਕੇ ਸੇਵਾ ਕਰ ਸਕਦਾ ਵਾ। ਦੂਸਰੀ ਗੱਲ, ਜੇਕਰ ਕਿਸੇ ਨੇ ਉੱਦਾਂ ਸੇਵਾ ਕਰਨੀ ਹੋਵੇ, ਸਾਡਾ ਫੋਨ ਨੰਬਰ ਵੀ ਉੱਪਰ ਦਿੱਤਾ ਵਾ। ਅਤੇ ਮੈਂ ਹੋਰ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸੰਗਤ ਜੀ, ਹੁਣ ਸੰਗਤ ਜ਼ਿਆਦਾ ਹੋਣ ਕਰਕੇ ਆਪਣਾ ਮਹੀਨੇ ਦਾ ਘੱਟ ਤੋਂ ਘੱਟ 50-60 ਹਜ਼ਾਰ ਰੁਪਏ ਦਾ ਰਾਸ਼ਨ ਦੀ, ਮਤਲਬ ਕਿਹੜਾ ਇਹਨਾਂ ਦੇ ਸੌਦੇ ਪੱਤੇ ਦੀ ਸੇਵਾ ਲੱਗ ਜਾਂਦੀ ਆ। ਸੋ ਹੁਣ ਵੀ ਸਾਡਾ ਸੌਦਾ ਹੁਣ ਖਤਮ ਹੋਣ ਵਾਲਾ ਵਾ, ਅਤੇ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਕੋਈ ਚਾਹੇ ਵੀਰ ਆਣ ਕੇ ਕੋਈ ਸੌਦੇ ਦੀ, ਕੋਈ ਆਟੇ ਦੀ, ਕੋਈ ਦਾਲਾਂ ਦੀ ਸੇਵਾ ਜ਼ਰੂਰ ਕਰੇ, ਅਤੇ ਜ਼ਰੂਰ ਅਸੀਂ ਉਹਨਾਂ ਦੀ ਉਡੀਕ ਕਰਾਂਗੇ। ਰੱਬੀ ਰੂਹਾਂ ਉਹਨਾਂ ਦੀਆਂ, ਉਹਨਾਂ ਨੂੰ ਅਸੀਸਾਂ ਦੇਣ ਵਾਸਤੇ ਉਤਾਵਲੀਆਂ ਵਾਂ, ਜ਼ਰੂਰ ਸਹਿਯੋਗ ਦਿਓ, ਹੈਲਪ ਦਿਓ। ਬਾਕੀ ਜਿਹੜੇ ਮੇਰੇ ਭਰਾ ਕਹਿੰਦੇ ਆ ਕਿ ਵੀਰ ਜੀ ਤੁਸੀਂ ਉਹਨਾਂ ਤੋਂ ਪੈਸੇ ਲੈ ਲਿਆ, ਆਹ ਲੈ ਲਿਆ, ਜੋ ਲੈ ਲਿਆ ਵਾ, ਤੁਸੀਂ ਆਪ ਕੌਣ ਹੁੰਦੇ ਪੈਸੇ ਲੈਣ ਵਾਲੇ, ਮੈਂ ਸੰਗਤ ਨੂੰ ਇਹ ਕਹਿਣਾ ਚਾਹਾਂਗਾ ਕਿ ਸੰਗਤ ਜੀ, ਜਿਹੜੇ ਸਾਨੂੰ ਪੈਸੇ ਕੋਈ ਦਿੰਦਾ ਵੀ ਆ, ਉਹ ਇਹਨਾਂ ਰੱਬੀ ਰੂਹਾਂ ਦੇ ਉੱਤੇ ਲੱਗਦੇ ਆ। ਆਹ ਆਸ਼ਰਮ ਬਣ ਰਿਹਾ ਵਾ, ਸਭ ਕੁਛ ਉਹਦੇ 'ਤੇ ਲੱਗ ਰਿਹਾ। ਮੈਂ ਆਪਣੇ, ਚਲੋ ਜਿੰਨਾ ਰੱਬ ਨੇ ਮੈਨੂੰ ਦੇਣਾ, ਮੇਰੇ ਕਰਮਾਂ 'ਚੋਂ ਹੈ, ਰੱਬ ਨੇ ਮੈਨੂੰ ਦੇਣਾ, ਪਰ ਇਹ ਅਰਦਾਸ ਮੇਰੀ ਕਰਿਓ ਕਿ ਰੱਬ ਮੈਨੂੰ ਇਮਾਨਦਾਰੀਆਂ ਦੇਵੇ। ਅਤੇ ਇੱਕ ਹੋਰ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਾਂਗਾ ਕਿ ਸੰਗਤ ਜੀ, ਜੇਕਰ ਤੁਹਾਡੇ ਲਾਗੇ ਬੰਨੇ ਕੋਈ ਲਵਾਰਸ ਹੋਵੇ, ਮੰਦਬੁੱਧੀ ਹੋਵੇ, ਤਾਂ ਜ਼ਰੂਰ ਉਹਦੀ ਵੀਡੀਓ ਬਣਾ ਕੇ ਮੈਨੂੰ ਭੇਜਿਓ, ਅਤੇ ਜੇਕਰ ਕਿਸੇ ਨੇ ਉਹਨੂੰ ਗੁਲਾਮ ਬਣਾਇਆ ਤਾਂ ਵੀ ਉਹਦੀ ਵੀਡੀਓ ਬਣਾ ਕੇ ਭੇਜਿਓ। ਜਿੰਨੇ ਜੋਗੇ ਹੋਵਾਂਗੇ ਅਸੀਂ ਜ਼ਰੂਰ ਉਹਨਾਂ ਦੀ ਮਦਦ ਕਰਾਂਗੇ। ਅਤੇ ਕੱਟੀ ਮਾੜੀ ਜੀ।
ਗੋਲਕ ਦੇ ਵਿੱਚ ਪਾਇਆ ਮੈਂ ਮਾਫੀ ਮੰਗਦਾ ਵਾਂ। ਹੁਣ ਅੱਗੇ ਤੋਂ ਅਸੀਂ ਪੂਰਾ ਇਹਨਾਂ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ, ਨੋਟਿਸ ਲਵਾਂਗੇ। ਸੋ ਤੁਹਾਡੇ ਨਾਲ ਸਾਥ ਦੀ ਲੋੜ ਵਾ। ਹੁਣ ਮੈਂ ਆਪਣੇ ਭਰਾ ਨਾਲ ਵਕੀਲ ਭਰਾ ਹੀਰਾ ਸਿੰਘ ਐਡਵੋਕੇਟ ਨੂੰ ਵੀ ਨਾਲ ਲੈ ਕੇ ਜਾਇਆ ਕਰਨਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਜੇਕਰ ਇਹਨਾਂ ਦਾ ਪ੍ਰੋਪਰ ਹਰਜਾਨਾ ਨਾ ਭਰਿਆ ਜਾਵੇ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਉਹਨਾਂ ਦੇ ਉੱਤੇ ਅਸੀਂ ਕਾਗਜ਼ੀ ਕਾਰਵਾਈ, ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ। ਇਸ ਵਾਰ ਮੈਨੂੰ ਮਾਫ਼ੀ ਦੇ ਦਿਓ। ਅੱਗੇ ਤੋਂ ਕੋਈ ਵੀ ਇਹੋ ਜਿਹਾ ਮੈਨੂੰ ਮਿਲਿਆ, ਗੁੱਜਰ ਮਿਲਿਆ ਜਾਂ ਪੰਜਾਬੀ ਜਿਹਨੇ ਕਿਸੇ ਮੰਦਬੁੱਧੀ 'ਤੇ ਤਸ਼ੱਦਦ ਕੀਤਾ, ਤਾਂ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਉਹਦੇ 'ਤੇ ਪੂਰਾ ਸਖ਼ਤ ਕਾਰਵਾਈ ਕਰਾਂਗੇ। ਜਾਂ ਤਾਂ ਉਹਦਾ ਪੂਰਾ ਹਰਜਾਨਾ ਭਰਾਇਆ ਕਰਾਂਗੇ ਅਤੇ ਜਾਂ ਫਿਰ ਰੱਬ ਤੁਹਾਡਾ ਭਲਾ ਕਰੇ, ਉਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।